ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਸੁਖਮਨ ਨਾਲ। ਸੁਖਮਨ ਅੰਮ੍ਰਿਤਸਰ ਤੋਂ ਮੇਰੇ ਨਾਲ ਜੁੜੇ ਹੋਏ ਹੈ ਤੇ ਸੁਖਮਨ ਦੀ ਖਾਸੀਅਤ ਪਹਿਲਾਂ ਮੈਂ ਦੱਸ ਦਿਆਂ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਵੀ ਇਹ ਬਹੁਤ ਹੀ ਪਹੁੰਚੇ ਹੋਏ ਇਸ ਤਰ੍ਹਾਂ ਦੇ ਐਪਲੀਕੈਂਟ ਨੇ ਕਿ ਹਰੇਕ ਇਮੀਗ੍ਰੇਸ਼ਨ ਲੋਇਰ ਜਿਹੜਾ ਕੈਨੇਡਾ ਦਾ ਕੰਮ ਕਰਦਾ ਹੈ ਉਹ ਇੱਕ ਆਸ ਕਰਦਾ ਹੈ ਕਿ ਸੁਖਮਨ ਵਰਗਾ ਕਲਾਇੰਟ ਸਾਨੂੰ ਮਿਲੇ ਜਿਹੜਾ ਇੰਸਟਰਕਸ਼ਨ ਨੂੰ ਫੋਲੋ ਕਰੇ ਅਤੇ ਲੋਅ ਨੂੰ ਸਮਝੇ ਅਤੇ ਆਪਣੀ ਤਿਆਰੀ ਮੁਕੰਮਲ ਕਰਕੇ ਪੇਸ਼ ਹੋਏ। ਅਗਰ ਜੇ ਇੰਟਰਵਿਊ ਆਏਗਾ ਤਾਂ ਇੰਟਰਵਿਊ ਲਈ ਵੀ ਤਿਆਰੀ ਉਸ ਤਰੀਕੇ ਨਾਲ ਕਰੇ ਜਿਸ ਤਰ੍ਹਾਂ ਸੁਖਮਨ ਕਰਦੇ ਹਾਂ। ਸੋ ਸੁਖਮਨ, ਆਵਾਜ਼ ਆ ਰਹੀ ਮੇਰੀ? ਹਾਂਜੀ ਹਾਂਜੀ ਸਰ। ਸੁਖਮਨ ਜੀ, ਪਹਿਲਾਂ ਤਾਂ ਮੈਂ ਲੋਕਾਂ ਨੂੰ ਇਹ ਦੱਸ ਦਿਆਂ ਕਿ ਵੀ ਤੁਸੀਂ ਸਪਾਊਸ ਵੀਜ਼ਾ ਇੰਟਰਵਿਊ ਲਈ ਗਏ ਸੀ ਅਤੇ ਮੇਰਾ ਜਿਹੜਾ ਇੰਟਰਸਟ ਹੈ ਤੁਹਾਡੇ ਨਾਲ ਗੱਲ ਕਰਨ ਦਾ ਉਹ ਸਿਰਫ ਇੰਨਾ ਹੀ ਹੈ ਕਿ ਇੰਟਰਵਿਊ ਦੇ ਬਾਰੇ ਰਿਸਰਚ ਕੀਤੀ ਜਾਏ ਕਿ ਇੰਟਰਵਿਊ ਵਿੱਚ ਕਰਦੇ ਕੀ ਹੈ ਲੋਕ, ਵੀਜ਼ਾ ਅਫਸਰ ਕੀ ਕਰਦੇ ਹੈ, ਕਿਸ ਤਰ੍ਹਾਂ ਪੁੱਛਦੇ ਹੈ ਅਤੇ ਕਿਸ ਤਰ੍ਹਾਂ ਜਵਾਬ ਦਿੱਤਾ ਜਾਏ, ਕਿਸ ਤਰ੍ਹਾਂ ਤੁਸੀਂ ਦਿੱਤਾ, ਅਤੇ ਸਾਰਾ ਐਕਸਪੀਰੀਅੰਸ ਲੈ ਕੇ ਇੱਕ ਦੁਨੀਆਂ ਨੂੰ ਪਤਾ ਚੱਲੇ ਕਿ ਬਈ ਇਸ ਇੰਟਰਵਿਊ ਨੂੰ ਕਿੱਦਾਂ ਫਤਿਹ ਕਰਨਾ ਹੈ। ਮੇਰਾ ਇੰਟਰਸਟ ਹਮੇਸ਼ਾ ਤੋਂ ਰਿਹਾ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਦੇ ਬਾਰੇ ਰਿਸਰਚ ਕਰਨਾ, ਉਹਦੀ ਡੂੰਘਿਆਈ ਤੱਕ ਜਾ ਕੇ, ਬਿਲਕੁਲ ਉਹਦਾ ਰਿਸਰਚ ਜੜ ਤੱਕ ਜਾ ਕੇ ਪਤਾ ਕਰਨਾ ਕਿ ਵੀ ਇਮੀਗ੍ਰੇਸ਼ਨ ਲੋਅ ਵਿੱਚ ਕੀ ਹੈ, ਕਿਸ ਤਰ੍ਹਾਂ ਲੋਕ ਰਿਫਿਊਜ਼ ਹੋਣ ਤੋਂ ਬਚ ਸਕਦੇ ਹੈ ਅਤੇ ਉਹਨੂੰ ਇੰਪਰੂਵ ਕਰਕੇ ਦੁਬਾਰਾ ਦਿੱਤਾ ਜਾਏ ਐਪਲੀਕੇਸ਼ਨ ਜਾਂ ਇੰਟਰਵਿਊ। ਸੋ ਹੁਣ ਦੱਸੋ ਕਿ ਆਪਣੇ ਬਾਰੇ ਜੋ ਵੀ ਆਪਣਾ ਥੋੜ੍ਹਾ ਬੈਕਗਰਾਊਂਡ ਦੱਸ ਸਕਦੇ ਹੋ। ਅੱਛਾ, ਇੱਕ ਗੱਲ ਹੋਰ ਮੈਂ ਦੱਸ ਦਿਆਂ ਕਿ ਸੁਖਮਲ ਨਹੀਂ ਚਾਹੁੰਦੇ ਕਿ ਬਈ ਲੋਕਾਂ ਨੂੰ ਉਹਨਾਂ ਦੀ ਫੋਟੋ ਜਾਂ ਲਾਈਫ ਪਤਾ ਲੱਗੇ ਕਿਉਂਕਿ ਉਹ ਜਿੱਥੋਂ ਬਿਲੋਂਗ ਕਰਦੇ ਹੈ ਅਤੇ ਜਸਟ ਫੋਰ ਪ੍ਰਾਈਵੇਸੀ ਰੀਜ਼ਨਸ ਤਾਂ ਕਰਕੇ ਉਹਨਾਂ ਦੀ ਸ਼ਕਲ ਨਹੀਂ ਆ ਰਹੀ, ਪਰ ਆਵਾਜ਼ ਤੁਸੀਂ ਸੁਣ ਰਹੇ ਹੋ, ਰੀਅਲ ਸੁਖਮਨ ਨਾਲ ਗੱਲ ਕਰ ਰਹੇ ਹੋ ਅਤੇ ਰੀਅਲ ਰਿਐਲਿਟੀ ਤੁਹਾਨੂੰ ਪਤਾ ਲੱਗੇਗਾ। ਸੁਖਮਨ ਜੀ, ਜੀ ਆਇਆਂ ਨੂੰ ਅਤੇ ਜ਼ਰੂਰ ਆਪਣੇ ਬਾਰੇ ਥੋੜ੍ਹਾ ਜਿਹਾ ਇੰਟਰੋਡਕਸ਼ਨ ਦਿਓ, ਫਿਰ ਆਪਾਂ ਇੰਟਰਵਿਊ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਮਾਸਟਰ ਕੀਤੀ ਆ ਪੋਲੀਟੀਕਲ ਸਾਇੰਸ ਦੇ ਵਿੱਚ ਤੇ ਮੇਰੀ ਵਾਈਫ ਜਿਹੜੇ ਸੀ ਉਹ ਗਏ ਸੀ, ਉਹਨਾਂ ਦਾ ਵੀਜ਼ਾ ਆਇਆ ਸੀ ਦਸੰਬਰ 2018 ਦੇ ਵਿੱਚ ਤੇ ਜਨਵਰੀ 2019 ਦੇ ਵਿੱਚ ਉਹ ਆਪਣੀ ਮਾਸਟਰ ਡਿਗਰੀ ਲਈ ਵੈਨਕੂਵਰ ਗਏ ਸੀ ਤੇ ਉਸ ਤੋਂ ਬਾਅਦ ਚ ਮੈਂ ਜਦੋਂ ਉਹ ਗਏ ਸੀ ਮੈਂ ਉਸ ਤੋਂ ਬਾਅਦ ਚ ਆਪਣੇ ਕੇਸ ਦੇ ਲਈ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਸੀ ਇੰਟਰਨੈਟ ਤੇ, ਯੂਟਿਊਬ ਤੇ, ਹਰ ਜਗ੍ਹਾ ਤੇ। ਤੇ ਉਸ ਤੋਂ ਬਾਅਦ ਚ ਮੇਰਾ ਮਤਲਬ ਮੈਂ ਤੁਹਾਨੂੰ ਯੂਟਿਊਬ ਤੇ ਤੁਹਾਡਾ ਚੈਨਲ ਦੇਖਿਆ ਤੇ ਉੱਥੋਂ ਮਤਲਬ ਜਦੋਂ ਆਪਾਂ ਕਹਿ ਸਕਦੇ ਨਾ ਕਿ ਆਪਾਂ ਨੂੰ ਕਿਸੇ ਦੀਆਂ ਗੱਲਾਂ ਤੋਂ ਹੀ ਉਹਦੀ ਨੌਲੇਜ ਦਾ ਪਤਾ ਲੱਗ ਜਾਂਦਾ ਕਿ ਉਹਦੇ ਕੋਲ ਕਿੰਨੀ ਕੁ ਨੌਲੇਜ ਹੈ ਤੇ ਮੈਂ ਉਸੇ ਟਾਈਮ ਹੀ ਡਿਸਾਈਡ ਕੀਤਾ ਸੀ ਕਿ ਮੈਂ ਮਤਲਬ ਆਪਣੀ ਜੇ ਫਾਈਲ ਲਗਵਾਵਾਂਗਾ ਤੇ ਉਹਦੇ ਚ ਤੁਹਾਡੀ ਹੈਲਪ ਜ਼ਰੂਰ ਲਊਗਾ। ਉਸ ਟਾਈਮ ਫਿਰ ਮੈਂ ਤੁਹਾਨੂੰ ਕਾਲ ਕੀਤਾ ਸੀ ਤੇ ਉਦੋਂ ਮੈਂ ਲੱਕੀਲੀ ਤੁਸੀਂ ਇੰਡੀਆ ਆਉਣ ਦਾ ਪ੍ਰੋਗਰਾਮ ਬਣਾ ਰਹੇ ਸੀ ਜਨਵਰੀ ਦੇ ਵਿੱਚ। ਉਸ ਟਾਈਮ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਲੁਧਿਆਣੇ ਜਾ ਕੇ ਮਿਲਿਆ ਸੀ ਤੇ ਉਸ ਤੋਂ ਬਾਅਦ ਚ ਫਿਰ ਆਪਣਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੋਇਆ। ਅੱਛਾ, ਪਹਿਲੀ ਗੱਲ ਇੱਥੇ ਤੁਹਾਨੂੰ ਰੁਕਦੀ ਜਾਂ ਹਰ ਇੱਕ ਸਟੇਜ 'ਤੇ ਤੁਹਾਡੇ ਨਾਲ ਇੰਟਰਪਟ ਕਰਕੇ ਗੱਲਬਾਤ ਪੁੱਛਣੀ, ਲੁਧਿਆਣੇ ਜਾਂ ਤੁਸੀਂ ਮੈਨੂੰ ਮਿਲੇ ਜਾਂ ਤੁਸੀਂ ਪੇਪਰ ਵਰਕ ਲੈ ਕੇ ਆਏ ਅਤੇ ਤੁਹਾਡੇ ਮਨ 'ਚ ਕੀ ਕਿਹੜੇ ਕਿਸ ਤਰ੍ਹਾਂ ਦੇ ਤੁਹਾਡੇ ਇੱਕ ਬੁਲਬੁਲੇ ਸੀ, ਕਿਸ ਤਰ੍ਹਾਂ ਦੇ ਤੁਹਾਡੇ ਸਵਾਲ, ਕਿਸ ਤਰ੍ਹਾਂ ਦੇ ਤੁਹਾਡੇ ਇੱਕ ਸੀ ਕਿ ਵੀ ਕੰਮ ਤੁਹਾਡਾ ਹੋਏਗਾ ਨਹੀਂ ਹੋਏਗਾ, ਕਿਸ ਤਰ੍ਹਾਂ ਹੋਏਗਾ, ਵਾਟ ਵਾਜ਼ ਯੂ ਥਿੰਕਿੰਗ? ਸਰ ਮੇਰੇ ਜਿਹੜੇ ਕੇਸ ਦੇ ਵਿੱਚ ਮੇਨ ਪ੍ਰੋਬਲਮ ਸੀ ਉਹ ਸੀ ਮੇਰੀ ਮਤਲਬ ਮੇਰੇ ਨਾਲ 2010 ਦੇ ਵਿੱਚ ਮੇਰੇ ਨਾਲ ਇੱਕ ਫਰੌਡ ਹੋਇਆ ਸੀ। ਉਸ ਫਰੌਡ ਦੇ ਬਾਰੇ ਮੇਰੇ ਕੋਲ ਕੋਈ ਨੌਲੇਜ ਨਹੀਂ ਸੀ, ਮਤਲਬ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਕਿ ਮੇਰੀ ਉੱਥੇ ਰਿਫਿਊਜ਼ਲ ਲੱਗੀ ਸੀ ਜਾਂ ਮੇਰਾ ਬੈਨ ਲੱਗਾ ਸੀ, ਕਿਉਂਕਿ ਏਜੰਟ ਨੇ ਮੈਨੂੰ ਕਿਹਾ ਕੁਛ ਹੋਰ ਸੀ ਤੇ ਸਿਰਫ ਮੈਨੂੰ ਟਰੈਕਿੰਗ ID ਦਿਖਾਉਣ ਲਈ, ਇਹ ਦਿਖਾਉਣ ਲਈ ਕਿ ਤੇਰੀ ਫਾਈਲ ਅੰਬੈਸੀ ਦੇ ਵਿੱਚ ਆ। ਉਹਨੇ ਮੇਰਾ ਜਿਹੜਾ ਪਾਸਪੋਰਟ ਸੀ ਉਹ ਅੰਬੈਸੀ ਦੇ ਵਿੱਚ ਵਿਜ਼ਟਰ ਵੀਜ਼ਾ ਦੇ ਉੱਪਰ ਮੇਰੇ ਨਾਮ ਦੇ ਉੱਪਰ ਅਪਲਾਈ ਕਰਤਾ ਸੀ ਕੁਝ ਫੇਕ ਡਾਕੂਮੈਂਟ ਲਾ ਕੇ ਨਾਲ, ਸਮਝ ਗਿਆ। ਤੇ ਉਹਨੇ ਕੋਈ ਮੈਨੂੰ ਰਿਫਿਊਜ਼ਲ ਲੈਟਰ ਨਹੀਂ ਦਿੱਤੀ, ਕੋਈ ਕੁਛ ਨਹੀਂ ਦਿੱਤਾ ਤੇ ਸੋ ਮੈਨੂੰ ਆਪਣੇ ਕੁਛ ਵੀ ਪਤਾ ਨਹੀਂ ਸੀ ਕਿ ਮੇਰੇ ਉਹਦੇ ਵਿੱਚ ਕੀ ਹੋਇਆ। ਤੇ ਤੁਹਾਨੂੰ ਵੀ ਇਹ ਪਤਾ ਕਿ ਜੇ ਆਪਾਂ ਅੰਬੈਸੀ ਨੂੰ ਆਪਣੇ ਪੁਰਾਣੇ ਕੇਸ ਬਾਰੇ ਨਹੀਂ ਦੱਸਦੇ ਤੇ ਉਹਨਾਂ ਨੇ ਸਿੱਧਾ ਮੇਰੇ ਉੱਪਰ 5 ਸਾਲ ਦਾ ਬੈਨ ਲਗਾਉਣਾ ਸੀ। ਤੇ ਉਸ ਤੋਂ ਜਦੋਂ ਫਿਰ ਤੁਹਾਨੂੰ ਮੈਂ ਮਿਲਿਆ ਫਿਰ ਤੁਸੀਂ ਮੈਨੂੰ ਕਿਹਾ ਸੀ ਕਿ ਆਪਾਂ ਨੂੰ ਥੋੜਾ ਜਿਹਾ ਪੁਰਾਣੇ ਕੇਸ ਬਾਰੇ ਕੋਈ ਰਿਸਰਚ ਕਰਨੀ ਪਊਗੀ, ਕੁਛ ਨਾ ਕੁਛ ਆਪਾਂ ਨੂੰ ਲੈਣਾ ਪਊਗਾ। ਕੈਪਸ ਨੋਟ ਲਈ ਆਪਾਂ ਅਪਲਾਈ ਨਹੀਂ ਸੀ ਕਰ ਸਕਦੇ ਕਿਉਂਕਿ ਆਪਣੇ ਕੋਲ ਫਾਈਲ ਨੰਬਰ ਨਹੀਂ ਸੀ ਹੈਗਾ ਉਸ ਟਾਈਮ ਦਾ, UCI ਨੰਬਰ ਕੁਛ ਨਹੀਂ ਸੀ। ਸਰ ਉਸ ਤੋਂ ਬਾਅਦ ਚ ਫਿਰ ਤੁਸੀਂ ਮੈਨੂੰ ਕਿਹਾ ਸੀ ਤੂੰ VFS ਕਾਲ ਕਰ, ਫਿਰ ਮੈਂ VFS ਜਲੰਧਰ ਕਾਲ ਕੀਤੀ। ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ ਅਸੀਂ ਰਿਕਾਰਡ ਰੱਖਦੇ ਆ ਉਹ ਸਿਰਫ 30 ਡੇਜ਼ ਲਈ ਹੁੰਦਾ, ਉਸ ਤੋਂ ਬਾਅਦ ਚ ਅਸੀਂ ਕੋਈ ਰਿਕਾਰਡ ਨਹੀਂ ਰੱਖਦੇ। ਤੇ ਫਿਰ ਉੱਥੋਂ ਬਾਅਦ ਚ ਮੈਂ ਅੰਬੈਸੀ ਨੂੰ ਮੇਲ ਕੀਤੀ
ਤੇ ਉਸ ਤੋਂ ਬਾਅਦ ਚ ਜਦੋਂ ਮੈਂ ਅੰਬੈਸੀ ਨੂੰ ਮੇਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮਤਲਬ ਅਸੀਂ ਜਿਹੜਾ ਵਾ 30 ਡੇਜ਼ ਦੇ ਵਿੱਚ ਵਿੱਚ ਤੁਹਾਨੂੰ ਆਂਸਰ ਦੇਵਾਂਗੇ। ਮੈਂ ਇਹਨਾਂ ਨੂੰ ਮੇਲ ਦੇ ਵਿੱਚ ਪੁੱਛਿਆ ਕਿ ਮੇਰੇ ਨਾਲ ਮਤਲਬ ਮੈਂ ਇਸ ਤਰ੍ਹਾਂ ਹੋਇਆ ਸੀ, ਮੈਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ, ਮਤਲਬ ਮੈਂ ਉੱਥੇ ਮੈਂ ਮੇਲ ਦੇ ਵਿੱਚ ਸਿਰਫ ਇਹੀ ਲਿਖਿਆ ਕਿ ਮੈਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ, ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਅੰਬੈਸੀ ਨੂੰ ਉਹਨਾਂ ਨੂੰ ਕਨਫਿਊਜ਼ ਕਰਾਂ ਕਿ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ। ਮੈਂ ਕਿਹਾ ਮੇਰੇ ਮੈਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਤੇ ਮੇਰੇ ਨਾਲ ਫਰੋਡ ਹੋਇਆ, ਮੇਰੇ ਕੰਸਲਟੈਂਟ ਨੇ ਮੈਨੂੰ ਕੁਛ ਨਹੀਂ ਦੱਸਿਆ। 28 ਦਿਨ ਬਾਅਦ ਉਹਨਾਂ ਦੀ ਮੇਲ ਦਾ ਰਿਪਲਾਈ ਆਇਆ, ਉਹਨਾਂ ਨੇ ਕਿਹਾ ਜਿਹੜਾ ਤੁਹਾਡੇ ਕੋਲ ਉਸ ਟਾਈਮ ਪਾਸਪੋਰਟ ਸੀ ਉਹਦੀ ਫੋਟੋ ਕਾਪੀ ਸਾਨੂੰ ਸੈਂਡ ਕਰੋ। ਅੱਛਾ, ਹਾਂਜੀ, ਉਹਦੀ ਮੈਂ ਫੋਟੋ ਕਾਪੀ ਉਹਨਾਂ ਨੂੰ ਸੈਂਡ ਕੀਤੀ। ਉਸ ਤੋਂ ਬਾਅਦ ਚ ਮਤਲਬ ਅੱਜ ਤੱਕ ਮੈਨੂੰ ਉੱਥੋਂ ਕੋਈ ਰਿਪਲਾਈ ਨਹੀਂ ਆਇਆ। ਬਾਅਦ ਚ ਉਸ ਤੋਂ ਬਾਅਦ ਫਿਰ ਆਪਾਂ ਇਹ ਜਿਹੜਾ ਵਾ ਫਿਰ ਆਪਾਂ ਆਪਣੀ ਫਾਈਲ ਵੱਲ ਧਿਆਨ ਦੇਣਾ ਸ਼ੁਰੂ ਕਰਤਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਾਂ ਆਪਣੀ ਫਾਈਲ ਰੈਡੀ ਕਰਨੀ ਸ਼ੁਰੂ ਕਰ ਦਿੱਤੀ ਤੇ 14 ਮਾਰਚ ਦੇ ਕਰੀਬ ਆਪਾਂ ਜਿਹੜੀ ਆਪਣੀ ਬਾਇਓਮੈਟ੍ਰਿਕਸ ਹੋ ਗਏ ਸੀ ਤੇ ਉਦੋਂ ਆਪਾਂ ਜਿਹੜੀ ਫਾਈਲ ਸੀ ਉਹ ਆਪਣੀ ਅਪਲਾਈ ਹੋ ਗਈ ਸੀ, ਆਨਲਾਈਨ ਫਾਈਲ ਅਪਲਾਈ ਕੀਤੀ ਸੀ। ਥੋੜਾ ਜਿਹਾ ਰੁਕ ਕੇ ਇਹ ਦੱਸੋ ਕਿ ਆਪਣੀ ਮੈਰਿਜ ਰਿਲੇਸ਼ਨਸ਼ਿਪ ਬਾਰੇ ਦੱਸੋ ਕਿ ਤੁਹਾਡੀ ਮੈਰਿਜ ਕਿੰਨੀ ਪੁਰਾਣੀ ਹੈ, ਕਿਸ ਤਰ੍ਹਾਂ ਹੈ, ਫਿਰ ਉਹ ਕਿਸ ਤਰ੍ਹਾਂ ਵਾਈਫ ਹੈ, ਕਿੱਥੇ ਪੜ੍ਹ ਰਹੀ ਹੈ, ਕਿਸ ਤਰ੍ਹਾਂ ਉਹਦੇ ਬਾਰੇ ਦੱਸੋ ਥੋੜਾ। ਸਰ ਅਸੀਂ ਸਾਡੀ ਮੈਰਿਜ ਹੋਈ ਸੀ, ਲਵ ਮੈਰਿਜ ਹੋਈ ਸੀ। ਅਸੀਂ 2014 ਦੇ ਵਿੱਚ ਮਿਲੇ ਸੀ, 2015 ਚ ਅਸੀਂ ਡੇਟ ਕਰਨਾ ਸ਼ੁਰੂ ਕੀਤਾ ਤੇ 2017 ਦੇ ਵਿੱਚ ਸਾਡੀ ਮੈਰਿਜ ਹੋਈ। ਮੈਰਿਜ ਤੋਂ 6 ਮਹੀਨੇ ਬਾਅਦ ਤੱਕ ਸਾਡਾ ਕੋਈ ਪਲਾਨ ਨਹੀਂ ਸੀ ਮਤਲਬ ਬਾਹਰ ਦਾ, ਕੈਨੇਡਾ ਦਾ। ਉਹ ਕੋਈ ਸਾਡੇ ਸਰਕਮਸਟਾਂਸਿਸ ਇੱਦਾਂ ਦੇ ਬਣੇ, ਕੋਈ ਹਾਲਾਤ ਇਸ ਤਰ੍ਹਾਂ ਦੇ ਹੋਏ ਕਿ ਅਸੀਂ ਬਾਹਰ ਜਾਣ ਬਾਰੇ ਸੋਚਿਆ ਉਸ ਟਾਈਮ ਮੈਰਿਜ ਤੋਂ 7 ਜਾਂ 8 ਮਹੀਨੇ ਬਾਅਦ। ਹਾਂਜੀ, ਠੀਕ ਹੈ। ਤੇ ਵਾਈਫ ਤੁਹਾਡੇ ਕਿੱਥੇ ਪੜ੍ਹਾਈ ਕਰ ਰਹੇ ਹੈ, ਕੈਨੇਡਾ ਕਿੱਥੇ ਰਹਿ ਰਹੇ ਹੈ? ਕੈਨੇਡਾ ਸਰ, ਉਹ ਵੈਨਕੂਵਰ ਦੇ ਵਿੱਚ ਉਹਨਾਂ ਦੀ ਯੂਨੀਵਰਸਿਟੀ ਹੈ, ਉੱਥੇ ਪੜ੍ਹਦੇ। ਅੱਛਾ, ਜਿਹੜੇ ਤੁਸੀਂ ਪੇਪਰ ਵਰਕ ਜਿਹੜੇ ਅਟੈਚ ਕੀਤੇ ਆਪਣੇ ਐਪਲੀਕੇਸ਼ਨ ਫਾਰਮ ਵਿੱਚ ਲਾਏ ਹੈ ਵਰਕ ਵੀਜ਼ਾ ਲਈ, ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਤੁਹਾਨੂੰ ਲੱਗਦਾ ਕਿ ਬਈ ਇਹ ਜ਼ਰੂਰੀ ਸਨ, ਇਸ ਤਰ੍ਹਾਂ ਦੇ ਪ੍ਰੈਜੈਂਟੇਸ਼ਨ ਹੋਣੀ ਜ਼ਰੂਰੀ ਸੀ, ਜਾਂ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲਾਏ ਦੱਸੋਗੇ ਥੋੜ੍ਹਾ ਜਿਹਾ? ਉਹਦੇ ਵਿੱਚ ਇੱਕ ਤਾਂ ਮੈਂ ਆਪਣੀ ਵਾਈਫ ਦੀ ਇਨਰੋਲਮੈਂਟ ਲੈਟਰ ਤੇ ਮਤਲਬ ਜਿੱਥੇ ਉਹ ਰਹਿੰਦੇ ਉਹਨਾਂ ਦਾ ਐਡਰੈਸ, ਉਹਨਾਂ ਦਾ ਮਤਲਬ ਉਧਰ ਆਈ ਕਾਰਡ, ਫਿਰ ਜਿਹੜੇ ਆਧਾਰ ਕਾਰਡ ਮੈਂ ਉਹਨਾਂ ਦਾ ਲਾਇਆ ਜਿਹਦੇ ਉੱਪਰ ਮੇਰਾ ਨਾਮ ਐਜ਼ ਅ ਹਸਬੈਂਡ ਹੈ, ਫਿਰ ਇਸ ਤਰ੍ਹਾਂ ਦੇ ਮਤਲਬ ਉਹ ਡਾਕੂਮੈਂਟ ਆਪਾਂ ਜ਼ਿਆਦਾ ਲਾਏ ਸੀ ਜਿਹਨਾਂ ਉੱਪਰ ਜਿਹੜੇ ਗਵਰਨਮੈਂਟ ਦੇ ਇਹ ਸਰਕਾਰੀ ਕਾਗਜ਼ ਸੀ ਕਿ ਜਿਹਨਾਂ ਉੱਪਰ ਸਾਡਾ ਦੋਵਾਂ ਦਾ ਨਾਮ ਮੈਂਸ਼ਨ ਹੁੰਦਾ ਸੀ, ਜਿਵੇਂ ਵੋਟਰ ਕਾਰਡ, ID ਤੇ ਇੱਕ ਉਹਨਾਂ ਦੀ ਸਟੱਡੀ ਦੇ ਨਾਲ ਰਿਲੇਟਡ ਉਧਰੋਂ। ਇਧਰੋਂ ਮੈਂ ਆਪਣੇ ਜੋਬ ਤੇ ਜਿਹੜੀ ਮੇਰੀ ਆਪਣੀ ਬੈਂਕ ਸਟੇਟਮੈਂਟ ਸੀ ਤੇ ਇਸ ਤੋਂ ਇਲਾਵਾ ਮੇਰਾ ਪਾਸਪੋਰਟ, ਆਪਣੇ ਜਿਹੜੇ ਅਕੈਡਮਿਕਸ ਸੀ ਸਾਰੇ, ਉਹ ਸਾਰਾ ਕੁਝ ਮੈਂ ਲਗਾਇਆ ਸੀ। ਦੈਟਸ ਗੁੱਡ, ਦੈਟਸ ਗੁੱਡ। ਫਿਰ ਅਪਲਾਈ ਕਰਨ ਦੇ ਬਾਅਦ 1 ਮਹੀਨੇ ਬਾਅਦ ਮੇਰੇ ਖਿਆਲ ਹੈ ਕਿ ਇੰਟਰਵਿਊ ਲੈਟਰ ਆ ਗਿਆ ਕਿ ਵੀ ਤੁਸੀਂ ਇੰਟਰਵਿਊ ਲਈ ਪੇਸ਼ ਹੋ। ਹਾਂਜੀ, 28 ਦਿਨ ਬਾਅਦ ਆਪਾਂ ਨੂੰ ਜਿਹੜਾ ਵਾ 12 ਅਪ੍ਰੈਲ ਨੂੰ ਆਪਾਂ ਨੂੰ ਕਾਲ ਆਈ ਸੀ, ਇੰਟਰਵਿਊ ਕਾਲ ਆਈ ਸੀ ਕਿ 23 ਮਈ ਨੂੰ ਤੁਹਾਡੀ ਜਿਹੜੀ ਉਹ ਇੰਟਰਵਿਊ ਹੋਏਗੀ। ਤੁਹਾਡੇ ਨਾਲ ਮੈਂ ਐਕਚੁਅਲੀ ਮੈਂ ਸ਼ੇਅਰ ਕਰਾਂਗਾ ਆਪਣੀ ਫੀਲਿੰਗ ਇਹਦੇ ਬਾਰੇ ਕਿ ਮੈਂ ਤੇ ਪਸੰਦ ਕਰਦਾ ਕਿ ਕਲਾਇੰਟਾਂ ਦਾ ਇੰਟਰਵਿਊ ਆਏ। ਇੰਟਰਵਿਊ ਈਵਨ ਦੋ ਕਿ ਸ਼ਾਇਦ ਲੋਕੀ ਡਰਦੇ ਹੋਣਗੇ ਕਿ ਵੀ ਇੰਟਰਵਿਊ ਹੋਏਗਾ ਜੀ, ਕੀ ਹੋ ਵੀ ਕੀ ਹੋ ਸਕਦਾ, ਪਤਾ ਨਹੀਂ ਕੀ ਕਿਹੜਾ ਸਵਾਲ ਪੁੱਛਿਆ ਜਾਏ, ਨਰਵਸ ਜੇ ਹੋ ਜਾਂਦੇ ਲੋਕ। ਲੇਕਿਨ ਮੈਂ ਦੇਖਦਾ ਐਜ਼ ਅ ਪੋਜ਼ਿਟਿਵ ਸਾਈਡ ਕਿ ਇੰਟਰਵਿਊ ਇੱਕ ਮੌਕਾ ਹੈ ਕਿ ਤੁਸੀਂ ਆਪਣਾ ਬਿਆਨ ਆਪ ਦੇ ਕਰ ਆਪਣੀ ਕਲੈਰੀਫਿਕੇਸ਼ਨ ਦੇ ਸਕਦੇ ਹੋ ਉਹਨਾਂ ਨੂੰ ਕਿ ਜੋ ਜੋ ਕੋਈ ਚੀਜ਼ ਸਾਫ਼ ਨਹੀਂ ਹੈ, ਐਪਲੀਕੇਸ਼ਨ ਮਟੀਰੀਅਲ ਜਾਂ ਕੋਈ ਰਿਲੇਸ਼ਨਸ਼ਿਪ ਹਿਸਟਰੀ ਜਾਂ ਕੋਈ ਫੰਡ ਸਿਚੁਏਸ਼ਨ ਜਾਂ ਕੋਈ ਇੰਟੈਂਟ ਹੈ ਜਿਹੜਾ ਬੋਨਾਫਾਈਡ ਹੈ, R4205C2 ਜਿਹੜਾ ਇੱਕ ਬਹੁਤ ਸੈਕਸ਼ਨ ਹੈ ਜਿਹਦੇ ਥਰੂ ਮਨਾ ਕਰਦੇ ਹਾਂ, ਉਹਦੇ ਬਾਰੇ ਅਗਰ ਤੁਹਾਨੂੰ ਆਮਣੇ ਸਾਹਮਣੇ ਰੂਬਰੂ ਇੱਕ ਵੀਜ਼ਾ ਅਫਸਰ ਦੇ ਸਾਹਮਣੇ ਅਗਰ ਤੁਹਾਨੂੰ ਮੌਕਾ ਮਿਲਦਾ ਹੈ, ਦੈਟ ਇਜ਼ ਦੀ ਬੈਸਟ ਆਈਡੀਆ ਟੂ ਕਲੈਰੀਫਾਈ ਦ ਡਾਊਟਸ। ਸਰ, ਇੱਥੇ ਮੈਂ ਤੁਹਾਨੂੰ ਇੰਟਰਪਟ ਕਰੂੰਗਾ, ਇੱਥੇ ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ ਲੁਧਿਆਣੇ ਮਿਲੇ ਸੀ, ਮੈਂ ਤੁਹਾਨੂੰ ਖੁਦ ਕਿਹਾ ਸੀ ਕਿ ਸਰ ਤੁਸੀਂ ਜਿਹੜਾ ਆਪਣੇ ਵੱਲੋਂ ਰਿਪ੍ਰੈਜ਼ੈਂਟੇਟਿਵ ਵੱਲੋਂ ਜਿਹੜਾ ਲੈਟਰ ਜਾਂਦਾ ਉਹਦੇ ਅੰਬੈਸੀ ਦੇ ਵਿੱਚ, ਉਹਦੇ ਵਿੱਚ ਤੁਸੀਂ ਇਹ ਜ਼ਰੂਰ ਲਿਖਿਓ ਕਿ ਜੇ ਤੁਸੀਂ ਇੰਟਰਵਿਊ ਲੈਣਾ ਚਾਹੁੰਦੇ ਜੇ ਤੇ ਮੇਰਾ ਜਿਹੜਾ ਕਲਾਇੰਟ ਆ ਉਹ ਰੈਡੀ ਆ, ਤੇ ਤੁਸੀਂ ਕਿਹਾ ਸੀ ਕਿ ਮੈਂ ਜ਼ਰੂਰ ਲਿਖਾਂਗਾ ਜੀ, ਤੇ ਤੁਸੀਂ ਲਿਖੀ ਵੀ ਸੀ ਉਹਦੇ ਵਿੱਚ। ਮੈਂ ਲਿਖਿਆ ਵੀ ਸੀ ਕਿ ਅਸੀਂ ਸਾਰੀ ਇਨਫੋਰਮੇਸ਼ਨ ਪੇਸ਼ ਕਰ ਚੁੱਕੇ ਹਾਂ, ਇਹ ਸਾਡੇ ਕੋਲ ਸਾਰੇ ਸਬੂਤ ਹੈ, ਜੋ ਪੁਰਾਣੀ ਐਪਲੀਕੇਸ਼ਨ ਜਿਹੜੀ ਖਰਾਬ ਹੋਣ ਤੋਂ ਬਚ ਗਈ ਆ, ਹੋਰ ਵੀ ਕੁਛ ਹਸਬੈਂਡ ਵਾਈਫ ਵਿੱਚ ਜਿਹੜਾ ਕਮਿਊਨੀਕੇਸ਼ਨ ਚੱਲ ਰਿਹਾ ਸਾਰੇ ਬਾਰੇ ਬਿਓਰਾ ਦਿੱਤਾ ਸੀ ਉਹਨਾਂ ਨੂੰ, ਤੇ ਡੈਫੀਨੇਟਲੀ ਯੂ ਰਾਈਟ। ਮੈਂ ਉਹਨਾਂ ਨੂੰ ਲਿਖਿਆ ਸੀ ਕਿ ਬਈ ਤੁਸੀਂ ਇੱਦਾਂ ਕਰੋ, ਸਾਰੀ ਇਨਫੋਰਮੇਸ਼ਨ ਨੂੰ ਥੋੜ੍ਹਾ ਪਾਸੇ ਕਰਕੇ ਤੁਸੀਂ ਇੱਦਾਂ ਕਰੋ, ਕਲਾਇੰਟ ਕਲਾਇੰਟ ਨੂੰ ਤੁਸੀਂ ਬੁਲਾ ਹੀ ਲਓ,
you know, forget about everything, forget about apna own tisi client nu bula lo. So anyway, chalo interview aa gayi. Hun jad interview aayi, tade mann ch kis tarah de khayal aa rahe si ki interview aa gayi je pata nahi kede sawal puchhe jaange ya shayad misrepresent wala sawal na puchha jaye ya ide bare puchha jaye. Interview di taiyari de bare dasso kuch ki interview di tadi taiyari rahi. Sir, jadon interview aayi si, main tanu sachi dassda vi main matlab main khush si ki hun mere kol mauka aa ki jo vi oh question karnge ਮੇਰੇ ਕੋਲ ਉਹਦੇ ਆਨਸਰ ਹੋਣਗੇ ਕਿਉਂਕਿ ਜਦੋਂ ਤੁਸੀਂ ਕੋਈ ਝੂਠ ਨਹੀਂ ਲਿਖਿਆ ਉਹਦੇ ਵਿੱਚ ਇੱਕ ਝੂਠੇ ਬੰਦੇ ਨੂੰ ਗੱਲ ਕਰਕੇ ਉਹਨੂੰ ਚੇਤੇ ਰੱਖਣਾ ਕਿ ਮੈਂ ਆਹ ਝੂਠ ਬੋਲਿਆ ਉਹ ਬੜਾ ਔਖਾ ਹੁੰਦਾ ਜਿਹੜਾ ਸੱਚ ਹੁੰਦਾ ਉਹਦੇ ਤੁਹਾਡੇ ਮਾਇੰਡ 'ਚ ਪਹਿਲਾਂ ਤੋਂ ਹੀ ਫੀਡ ਹੁੰਦਾ ਤੇ ਉਹ ਮੈਨੂੰ ਸੀ ਕਿ ਮੈਂ ਤੁਹਾਨੂੰ ਵੀ ਦੱਸਦਾ ਹੁੰਦਾ ਸੀ ਕਿ ਮੈਂ ਉਹਨਾਂ ਨੂੰ ਇਹ ਕਹਿ ਦੇਣਾ ਕਿ ਭਾਵੇਂ ਤੁਹਾਡੇ ਕੋਲ 100 ਕੁਐਸਚਨ ਆ ਭਾਵੇਂ ਤੁਹਾਡੇ ਕੋਲ 1000 ਕੁਐਸਚਨ ਆ ਤੁਸੀਂ ਮੈਨੂੰ ਪੁੱਛ ਸਕਦੇ ਜੇ ਮੈਨੂੰ ਕੋਈ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਤੁਸੀਂ ਮੈਨੂੰ ਇੱਕ ਗੱਲ ਬੜੀ ਵਧੀਆ ਕਹੀ ਸੀ ਉਹ ਜਿਹੜੀ ਮੇਰੇ ਕੰਮ ਹੋਈ ਆਏਗੀ ਮਤਲਬ ਜੇ ਤੁਹਾਡੀ ਵਾਈਫ ਇੱਥੇ ਹੋਵੇ ਨਾਲ ਤੇ ਉਹਦਾ ਬੈਨੀਫਿਟ ਆਪਾਂ ਨੂੰ ਬਹੁਤ ਜ਼ਿਆਦਾ ਮਿਲਦਾ ਤੇ ਉਹ ਚੀਜ਼ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਕਿ ਮੈਨੂੰ ਜਦੋਂ ਇੰਟਰਵਿਊ ਹੋਈ ਤੇ ਮੈਨੂੰ ਉਸ ਚੀਜ਼ ਦਾ ਬੈਨੀਫਿਟ ਜਿਹੜਾ ਉਹ ਬਹੁਤ ਜ਼ਿਆਦਾ ਮਿਲਿਆ ਠੀਕ ਹੈ ਸੋ ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਰਹੇ ਹਾਂ ਕਿ ਵਾਈਫ ਨੂੰ ਬੁਲਾਉਣਾ ਜੀ ਮਹਿੰਗਾ ਹੈ ਟਿਕਟ ਵੀ ਲੱਗਣਾ ਜੀ ਆਏਗੀ ਜਾਏਗੀ ਯੂ ਨੋ ਜਸਟ ਮਹਿੰਗਾ ਤਾਂ ਸੌਦਾ ਹੀ ਹੈ ਟਿਕਟ ਲੱਗਣੀ ਹੈ ਤੇ ਬ੍ਰੇਕ ਵੀ ਲੈਣੀ ਹੈ ਆਪਣੀ ਸਮਰ ਵਗੈਰਾ ਉਹਦੇ ਬਾਰੇ ਕਿੱਦਾਂ ਫੈਸਲਾ ਬਣਿਆ ਕਿ ਵਾਕਈ ਵਾਈਫ ਨੂੰ ਬੁਲਾਉਣਾ ਇੱਕ ਇੱਕ ਪੋਜ਼ਿਟਿਵ ਸਟੈਪ ਹੈ ਸਰ ਉਹਦੇ ਬਾਰੇ ਜਦੋਂ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਆਪਣੀ ਵਾਈਫ ਨੂੰ ਬੁਲਾ ਲਓ ਤੁਹਾਨੂੰ ਲੱਗਾ ਸੀ ਕਿ ਸ਼ਾਇਦ ਇਹ ਮੁਸ਼ਕਲ ਹੋਏਗਾ ਇਹ ਕਹਿਣਗੇ ਨਹੀਂ ਜਦੋਂ ਮੈਂ ਆਪਣੀ ਵਾਈਫ ਨੂੰ ਕਿਹਾ ਤੇ ਉਹ ਤੇ ਪਹਿਲਾਂ ਤੋਂ ਹੀ ਰੈਡੀ ਸੀ ਉਹ ਮੈਨੂੰ ਕਹਿੰਦੀ ਮੇਰੀ ਹੁਣੇ ਟਿਕਟ ਕਰਾ ਤੇ ਉਸ ਤੋਂ ਬਾਅਦ ਸਾਨੂੰ ਇਹਦੇ ਚ ਕੋਈ ਪ੍ਰੋਬਲਮ ਨਹੀਂ ਆਈ ਉਹ ਲੱਕੀਲੀ ਉਦੋਂ ਸਮਰ ਬ੍ਰੇਕ ਜਿਹੜੇ ਉਹਦੇ ਐਗਜ਼ਾਮ ਚੱਲ ਰਹੇ ਸੀ ਤੇ ਸਮਰ ਬ੍ਰੇਕ ਜਿਹੜੀ ਉਹ ਹੋਣ ਵਾਲੀ ਸੀ ਤੇ ਫਿਰ ਜਦੋਂ ਸਮਰ ਬ੍ਰੇਕ ਹੋਈ ਤੇ ਅਸੀਂ ਟਿਕਟ ਉਦੋਂ ਹੀ ਕਰਵਾ ਦਿੱਤੀ ਉਹਦੀ ਬ੍ਰੇਕ ਦੇ ਵਿੱਚ ਮੇਰੀ ਵਾਈਫ ਜਿਹੜੀ ਉੱਥੇ ਆ ਗਈ ਉਹ ਇਸ ਤਰ੍ਹਾਂ ਹੈ ਕਿ ਐਕਚੁਲੀ ਨਾ ਮੈਨੂੰ ਕਈ ਵਾਰ ਮੈਂ ਬਾਕੀ ਹੋਰ ਕਲਾਇੰਟਾਂ ਨੂੰ ਵੀ ਕਿਹਾ ਕਿ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਲਓ ਕੈਨੇਡਾ ਤੋਂ ਵੈਨਕੂਵਰ ਐਨੀਵੇ ਸੋ ਲੋਕਾਂ ਨੇ ਮੈਨੂੰ ਕਿਹਾ ਨਹੀਂ ਜੀ ਭਾਅ ਜੀ ਇੱਥੇ ਬਹੁਤ ਖਰਚਾ ਹੋ ਜਾਣਾ ਜੀ ਆਏਗੀ ਜਾਏਗੀ ਫਿਰ ਲੈਣਾ ਦੇਣਾ ਖਰਚਾ ਫਿਰ ਜੀ ਉਹਦੀ ਪੜ੍ਹਾਈ ਬ੍ਰੇਕ ਹੋ ਜਾਏਗੀ ਮੈਂ ਕਿਹਾ ਚਲੋ ਬਈ ਇਟਸ ਯੋਰ ਡਿਸੀਜ਼ਨ ਅਗਰ ਜੇ ਤੁਸੀਂ ਨਹੀਂ ਬੁਲਾਉਣਾ ਚਾਹੁੰਦੇ ਹੋ ਕਿਸੇ ਵੀ ਵਜ੍ਹਾ ਕਰਕੇ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ ਲੇਕਿਨ ਸਪਾਊਸ ਦਾ ਨਾਲ ਸਾਹਮਣੇ ਖੜੇ ਹੋਣਾ ਇਟ ਇਜ਼ ਅ ਵੈਰੀ ਸਾਈਕੋਲੋਜੀਕਲ ਬੂਸਟ ਸੋ ਇਸ ਕਰਕੇ ਮੈਂ ਸਮਝਿਆ ਕਿ ਬੁਲਾਉਣਾ ਚਾਹੀਦਾ ਐਨੀਵੇ ਹੁਣ ਦੱਸੋ ਤੁਸੀਂ ਇੰਟਰਵਿਊ ਜਦ ਪਹੁੰਚੇ ਇੰਟਰਵਿਊ ਤੁਹਾਡਾ ਸੀਗਾ ਉੱਥੇ ਦਿੱਲੀ ਹਾਈ ਕਮਿਸ਼ਨ ਉਹਦੇ ਬਾਰੇ ਦੱਸੋ ਕਿ ਜਦ ਤੁਸੀਂ ਐਂਟਰ ਕਰ ਰਹੇ ਸੀ ਜਾਂ ਕਿਸ ਤਰ੍ਹਾਂ ਉਹਦੇ ਬਾਰੇ ਦੱਸੋ ਜਰਾ ਮਿੰਟ ਬਾਏ ਮਿੰਟ ਜਰਾ ਬਿਓਰਾ ਦਿਓ ਜਿਸ ਤਰ੍ਹਾਂ ਉਹ ਅੱਜ ਤੱਕ ਵਾਰਾ ਇੰਟਰਵਿਊ ਨਹੀਂ ਲੈਂਦੇ ਜਿਹੜੇ ਕਿ ਵੀ ਵੋਟਿੰਗ ਕਰਨ ਜਾ ਰਹੇ ਹੋ ਐਗਜ਼ਿਟ ਪੋਲ ਵਗੈਰਾ ਉਸ ਤਰ੍ਹਾਂ ਦੱਸੋ ਐਗਜ਼ੈਕਟਲੀ ਕਿਸ ਤਰ੍ਹਾਂ ਤੁਸੀਂ ਐਂਟਰ ਕੀਤਾ ਕਿਸ ਤਰ੍ਹਾਂ ਤੁਹਾਡੇ ਨਾਲ ਉਹ ਪੇਸ਼ ਆਏ ਉਹ ਦੱਸੋ ਸਰ ਮੇਰਾ ਇੰਟਰਪ੍ਰੇਟਰ ਜਿਹੜਾ ਸੀ ਉਹਨੇ ਮੈਨੂੰ ਕਾਲ ਕੀਤਾ ਉਹ ਬਾਹਰ ਖੜਾ ਸੀ ਐਮਬੈਸੀ ਦੇ ਤੇ ਮੈਂ ਉੱਥੇ ਪਹੁੰਚਿਆ ਤੇ ਉਹਨੇ ਮਤਲਬ ਉੱਥੇ ਨਾ ਇੱਕ ਬਾਹਰ ਉਹਨਾਂ ਦਾ ਇੱਕ ਚੈਕਿੰਗ ਪੁਆਇੰਟ ਹੁੰਦਾ ਉੱਥੇ ਉਹਨਾਂ ਨੇ ਸਾਰਾ ਚੈੱਕ ਕੀਤਾ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਤੁਹਾਡੇ ਕੋਲ ਇਲੈਕਟ੍ਰੋਨਿਕ ਡਿਵਾਈਸ ਨਹੀਂ ਹੋਣੀ ਚਾਹੀਦੀ ਕੋਈ ਪੈਨ ਡਰਾਈਵ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਕੁਛ ਨਹੀਂ ਉਹਨਾਂ ਮੇਰੇ ਸਰਚ ਵੀ ਕੀਤਾ ਥੋੜਾ ਜਿਹਾ ਕਰਦੇ ਸਾਰਿਆਂ ਦਾ ਕਰਦੇ ਫਿਰ ਉਹਨਾਂ ਮੈਨੂੰ ਸਰਚ ਕੀਤਾ ਸਾਰਾ ਤੇ ਫਿਰ ਉਹਨਾਂ ਨੇ ਮਤਲਬ ਸਾਨੂੰ ਐਂਟਰੀ ਦੇ ਦਿੱਤੀ ਮੈਨੂੰ ਤੇ ਮੇਰੀ ਵਾਈਫ ਨਾਲ ਸਾਡੇ ਇੰਟਰਪ੍ਰੇਟਰ ਸੀ ਫਿਰ ਅਸੀਂ ਅੰਦਰ ਉਹਨਾਂ ਨੇ ਸਿਕਿਉਰਿਟੀ ਵਾਲੇ ਨੇ ਪੁੱਛਿਆ ਨਹੀਂ ਕਿ ਵੀ ਇਹ ਕੌਣ ਹੈ ਤੁਹਾਡੇ ਨਾਲ ਇੰਟਰਵਿਊ ਤੇ ਤੁਹਾਡੇ ਹਾਂਜੀ ਉਹਨਾਂ ਨੇ ਪੁੱਛਿਆ ਤੇ ਮੈਂ ਮਤਲਬ ਦੱਸਿਆ ਕਿ ਮੇਰੇ ਵਾਈਫ ਹੈ ਤੇ ਉਹਨਾਂ ਨੇ ਕਿਹਾ ਠੀਕ ਹੈ ਤੂੰ ਇਹ ਜਾ ਸਕਦੇ ਤੁਹਾਡੇ ਨਾਲ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਫਿਰ ਅਸੀਂ ਅੰਦਰ ਗਏ ਸੀ ਉੱਥੇ ਇੱਕ ਮਤਲਬ ਬਾਹਰ ਵੇਟਿੰਗ ਰੂਮ ਟਾਈਪ ਮਤਲਬ ਜਿਸ ਤਰ੍ਹਾਂ ਲੌਬੀ ਜੀ ਇਸ ਤਰ੍ਹਾਂ ਬਣਿਆ ਹੈ ਤੇ ਉੱਥੇ ਜਾ ਕੇ ਅਸੀਂ ਬੈਠ ਗਏ ਮੇਰੇ ਤੋਂ ਪਹਿਲਾਂ ਉੱਥੇ ਕਾਫੀ ਮਤਲਬ ਸੀ 4-5 ਜਾਣੇ ਸੀ ਜਿਨ੍ਹਾਂ ਦੀ ਇੰਟਰਵਿਊ ਹੋਣੀ ਸੀ ਐਪਲੀਕੈਂਟ ਤੇ ਮੈਂ ਆਪਣੇ ਇੰਟਰਪ੍ਰੇਟਰ ਨੂੰ ਪੁੱਛਿਆ ਕਿ ਇਹ ਕਿਸ ਤਰ੍ਹਾਂ ਹੈ ਤੇ ਉਹ ਕਹਿੰਦਾ ਕਿ ਪਹਿਲਾਂ ਤਾਂ ਮਤਲਬ ਕਿਸੇ ਦੀ ਹੁੰਦੀ ਸੀ ਅੱਜ ਤੋਂ 2 ਮਹੀਨੇ ਪਹਿਲਾਂ ਇੰਟਰਵਿਊ ਹੁਣ ਉਹ ਕਹਿੰਦਾ ਕਿ ਜਿੱਥੋਂ ਤੱਕ ਮੈਨੂੰ ਲੱਗਦਾ ਕਿ 80% ਦੇ ਜਿਹੜੀ ਆ ਉਹ ਇੰਟਰਵਿਊ ਕਰਨ ਲੱਗ ਗਏ ਹੈ ਤੇ ਉੱਥੇ ਉਹਨੇ ਮੈਨੂੰ ਇੱਕ ਹੋਰ ਗੱਲ ਦੱਸੀ ਕਹਿੰਦਾ ਸਵੇਰੇ ਇੱਥੇ ਕੋਈ ਆਇਆ ਸੀ ਤੇ ਮਤਲਬ ਪੰਜਾਬ ਤੋਂ ਹੀ ਆਏ ਸੀ ਉਹਨਾਂ ਦੇ ਨਾਲ ਕਿਸੇ ਏਜੰਟ ਨੇ 50 ਲੱਖ ਰੁਪਏ ਦੀ ਠੱਗੀ ਕੀਤੀ ਸੀ ਉਹਨਾਂ ਨੂੰ ਫੇਕ ਵੀਜ਼ਾ ਦੇ ਦਿੱਤਾ ਤੇ ਉਹ ਏਅਰਪੋਰਟ ਤੇ ਉਹ ਜਿਹੜਾ ਵੀਜ਼ਾ ਸੀ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਉਹ ਫੇਕ ਨਿਕਲਿਆ ਉਸ ਤੋਂ ਬਾਅਦ ਚੋਂ ਅੰਬੈਸੀ ਆਏ ਕਿ ਵੈਰੀਫਾਈ ਕਰਵਾਉਣ ਕਿ ਸੱਚੀ ਮਤਲਬ ਇਹ ਫੇਕ ਹੈ ਤੇ ਫਿਰ ਅੰਬੈਸੀ ਵਾਲਿਆਂ ਨੇ ਦੱਸਿਆ ਕਿ ਹਾਂ ਇਹ ਫੇਕ ਹੈ ਤੇ ਉਹਨਾਂ ਨੇ ਉਹਨਾਂ ਨੂੰ ਉੱਥੇ ਦੱਸਿਆ ਕਿ ਸਾਡੇ ਨਾਲ ਉਹਨੇ ਸਾਡੇ ਕੋਲੋਂ 50 ਲੱਖ ਰੁਪਏ ਲਏ ਸੀ ਓਹੋ ਦੇਖ ਲਓ ਇਹ ਕੰਮ ਚਲੀ ਜਾ ਰਿਹਾ ਰੁਕਦਾ ਨੀ ਪੰਜਾਬ ਐਕਚੁਲੀ ਇਹ ਸਾਰਾ ਜਿਹੜਾ ਧੰਦਾ ਇੰਡਸਟਰੀ ਨਾਲ ਚਲੀ ਜਾ ਰਹੀ ਹੈ ਸਰ ਐਨੀਵੇ ਉਹਨਾਂ ਨੂੰ ਫਿਰ ਉਹ ਜਿਹੜੇ ਉਹ ਵੀ ਸਪਾਊਸ ਕੇਸ ਸੀ ਕਿਸ ਤਰ੍ਹਾਂ ਦਾ ਕੇਸ ਸੀ ਉਹਨਾਂ ਦਾ ਜਿਹੜਾ ਪਹਿਲੇ ਵਾਲੇ ਦਾ ਜਿਨ੍ਹਾਂ ਦਾ ਫਰਾਡ ਹੋਇਆ ਸੀ ਹਾਂ
ਨਹੀਂ ਸਰ ਉਹ ਨਹੀਂ ਮੈਨੂੰ ਪਤਾ ਉਹਨਾਂ ਦਾ ਕੀ ਸੀ ਅੱਛਾ ਕਿਉਂਕਿ ਮੈਨੂੰ ਇੰਟਰਪ੍ਰੇਟਰ ਨੇ ਦੱਸਿਆ ਸੀ। ਅੱਛਾ ਅੱਛਾ ਚਲੋ ਐਨੀਵੇ ਚਲੋ ਦੈਟਸ ਓਕੇ। ਹੁਣ ਤੁਹਾਡੇ ਨਾਲ ਫਿਰ ਕਿਸ ਤਰ੍ਹਾਂ ਤੁਸੀਂ ਅੰਦਰ ਅੰਦਰ ਜਾ ਰਹੇ ਹੋ ਅੰਦਰ ਪਹੁੰਚ ਰਹੇ ਹੋ ਦੱਸੋ ਉਹਦੇ ਬਾਅਦ ਦੱਸੋ ਫਿਰ ਕਿਸ ਤਰ੍ਹਾਂ ਹੋ ਰਿਹਾ। ਸਰ ਜਦੋਂ ਅਸੀਂ ਉੱਥੇ ਵੇਟਿੰਗ ਰੂਮ 'ਚ ਬੈਠੇ ਸੀ ਸਾਡੇ ਤੋਂ ਪਹਿਲਾਂ ਮਤਲਬ ਇੰਟਰਵਿਊਸ ਹੋ ਰਹੀਆਂ ਸੀ ਉਸ ਦਿਨ ਇੱਕ ਹੀ ਆਫਿਸਰ ਸੀ ਲੇਡੀ ਆਫਿਸਰ ਸੀ ਉਹ ਕੈਨੇਡੀਅਨ ਸੀ ਤੇ ਮਤਲਬ ਗੋਰੀ 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 ਹਾਂਜੀ 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 ਗੋਰੀ ਸੀ ਤੇ ਉਹ ਪਹਿਲਾਂ ਉੱਥੇ ਤਿੰਨ ਉਹਨਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਇੱਥੇ ਤਿੰਨ ਜਾਂ ਚਾਰ ਆਫਿਸਰ ਹੁੰਦੇ ਆ ਅੱਜ ਇੱਕ ਹੀ ਆ ਤੇ ਉਹਨਾਂ ਨੇ ਇੰਟਰਵਿਊ ਤੇ ਮੇਰੇ ਤੋਂ ਮਤਲਬ ਸਾਰੇ ਜਿੰਨੇ ਵੀ ਉੱਥੇ ਸੀ ਸਾਰੇ ਓਪਨ ਵਰਕ ਪਰਮਿਟ ਵਾਲੇ ਸੀ ਸਪਾਊਸ ਕੇ ਸੀ ਇੰਟਰਵਿਊ ਲਈ ਜਿੰਨੇ ਵੀ ਆਏ ਸੀ ਹਾਂਜੀ ਤੇ ਉਹਨਾਂ ਦੀ ਸ਼ਕਲਾਂ ਕਿ ਖੁਸ਼ ਨਜ਼ਰ ਆ ਰਹੀ ਸੀ ਕਿ ਨਰਵਸ ਬੈਠੇ ਸੀ ਸਾਰੇ ਐਪਲੀਕੈਂਟ ਸਰ ਜਿਹੜਾ ਜਿਹੜਾ ਮੇਰੇ ਤੋਂ ਪਹਿਲਾਂ ਜਿਹਦੀ ਇੰਟਰਵਿਊ ਹੋਈ ਸੀ ਉਹਦੀ ਸ਼ਕਲ ਤੋਂ ਉਹਦੇ ਹਾਵ ਭਾਵ ਤੋਂ ਵੇਖ ਕੇ ਲੱਗਦਾ ਸੀ ਕਿ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਕਿਉਂਕਿ ਉਹ ਜਾਂਦਾ ਜਾਂਦਾ ਮੈਨੂੰ ਦੱਸ ਕੇ ਗਿਆ ਕਿ ਆਫਿਸਰ ਬਹੁਤ ਖਰਾਬ ਹੈ ਕਨਫਿਊਜ਼ ਬਹੁਤ ਕਰਦੀ ਹੈ ਉਹਦੇ ਹੱਥ ਕੰਬ ਰਹੇ ਸੀ ਉਹਦੀ ਆਵਾਜ਼ ਕੰਬ ਰਹੀ ਸੀ ਅੱਛਾ ਹਾਂਜੀ ਤੇ ਜਦੋਂ ਅਸੀਂ ਮਤਲਬ ਅਸੀਂ ਲੌਬੀ 'ਚ ਬੈਠੇ ਸੀ ਤੇ ਮੈਂ ਆਪਣੀ ਵਾਈਫ ਦੇ ਨਾਲ ਪੂਰੀਆਂ ਨੋਰਮਲੀ ਗੱਲਾਂ ਕਰ ਰਿਹਾ ਸੀ ਪੂਰਾ ਮੈਂ ਇਹਨੂੰ ਹਸਾ ਰਿਹਾ ਸੀ ਉਹ ਮੈਨੂੰ ਹਸਾ ਰਹੀ ਸੀ ਕਿ ਮੈਂ ਚਾਹੁੰਦਾ ਸੀ ਕਿ ਜੇ ਉਹ ਮੈਨੂੰ ਕਿਤੇ ਵੀਡੀਓ ਕੈਮਰਾ ਦੇ ਵਿੱਚ ਦੇਖ ਵੀ ਰਹੇ ਹੋਣ ਅੰਦਰੋਂ ਤੇ ਉਹਨਾਂ ਨੂੰ ਸਾਡਾ ਰਿਲੇਸ਼ਨ ਜਿਹੜਾ ਵਾ ਉਹ ਜਿਸ ਤਰ੍ਹਾਂ ਅਸੀਂ ਨੋਰਮਲ ਰਹਿੰਦੇ ਉਸ ਤਰ੍ਹਾਂ ਜੈਨੂਅਨ ਲੱਗੇ ਕਿ ਲੱਗੇ ਨਾ ਕਿ ਇਹ ਦੋਵੇਂ ਬੈਠੇ ਆ ਤੇ ਗੱਲ ਹੀ ਨਹੀਂ ਕਰ ਰਹੇ ਭਾਵੇਂ ਤੁਸੀਂ ਕਈ ਵਾਰ ਨਰਵਸ ਹੁੰਦੇ ਜੇ ਤੁਸੀਂ ਆਪਸ 'ਚ ਗੱਲ ਨਹੀਂ ਕਰਦੇ ਪਰ ਵੇਖਣ ਵਾਲੇ ਨੂੰ ਤੇ ਇਹੋ ਲੱਗਣਾ ਕਿ ਇਹ ਗੱਲ ਹੀ ਨਹੀਂ ਕਰਦੇ ਇਹ ਵੈਸੇ ਹੀ ਬੈਠੇ ਨਾਲ ਮਤਲਬ ਅਸੀਂ ਪੂਰਾ ਜਿਸ ਤਰ੍ਹਾਂ ਅਸੀਂ ਨੋਰਮਲ ਹੁੰਦੇ ਉਸ ਤਰ੍ਹਾਂ ਅਸੀਂ ਮਤਲਬ ਇੱਕ ਘੰਟਾ ਵੇਟ ਕੀਤੀ ਇੱਕ ਘੰਟਾ ਅਸੀਂ ਇਸ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਤੁਹਾਡੇ ਵਾਈਫ ਬੈਠੇ ਆ ਤੁਹਾਡੇ ਨਾਲ ਇਸ ਵਕਤ ਬੈਠੇ ਆ ਰਾਈਟ ਨਾਓ ਹੈ ਹਾਂਜੀ ਹਾਂਜੀ ਸਰ ਉਹਨਾਂ ਨੂੰ ਪੁੱਛੋ ਜਰਾ ਵਾਈਫ ਨੂੰ ਪੁੱਛੋ ਕਿ ਅੰਦਰ ਜਦੋਂ ਗਏ ਮਾਹੌਲ ਕੈਨੇਡਾ ਵਰਗਾ ਮਾਹੌਲ ਲੱਗ ਰਿਹਾ ਸੀ ਜਾਂ ਇੰਡੀਆ ਇੰਡੀਆ ਵਰਗਾ ਮਾਹੌਲ ਲੱਗ ਰਿਹਾ ਸੀ ਕੈਨੇਡੀਅਨ ਆਫਿਸ ਟਾਈਪ ਜਾਂ ਇੰਡੀਅਨ ਆਫਿਸ ਟਾਈਪ ਮਾਹੌਲ ਸੀ ਅੰਦਰ ਹੈਲੋ ਸਰ ਬਿਲਕੁਲ ਸਰ ਇਨਫਰਾਸਟ੍ਰਕਚਰ ਤਾਂ ਬਹੁਤ ਵਧੀਆ ਸੀ ਲੱਗ ਰਿਹਾ ਸੀ ਕਿ ਹਾਂ ਕੈਨੇਡਾ ਦੀਆਂ ਵੈਸੀ ਹੈ ਅੰਦਰ ਝੰਡੇ ਲੱਗੇ ਸੀ ਮੇਪਲ ਲੀਫ ਵਾਲੇ ਝੰਡੇ ਲੱਗੇ ਸੀ ਅੰਦਰ ਹਾਂਜੀ ਇੱਕ ਇੱਕ ਲੱਗਾ ਹੋਇਆ ਸੀ ਇੱਕ ਮੇਨਲੀ ਤਾਂ ਬਾਹਰ ਫਲੈਗ ਸੀਗਾ ਪੂਰਾ ਤੇ ਅੰਦਰ ਛੋਟੇ ਸੀਗੇ ਤੇ ਬਹੁਤ ਵਧੀਆ ਇਨਵਾਇਰਨਮੈਂਟ ਸੀਗਾ ਕਲੀਨ ਸੀਗਾ ਸਾਰਾ ਲੱਗ ਰਿਹਾ ਸੀ ਕਿ ਕੈਨੇਡੀਅਨ ਸਰਕਾਰ ਦੇ ਕਿਸੇ ਦਫ਼ਤਰ ਤੇ ਆਏ ਹੋ ਸ਼ੋਰ ਸਰ ਅੱਛਾ ਅੱਛਾ ਠੀਕ ਹੈ ਥੈਂਕ ਯੂ ਵੈਰੀ ਮਚ ਮੈਂ ਤੁਹਾਡੇ ਕੋਲ ਆਵਾਂਗਾ ਲੈਟ ਹਿਮ ਕੰਪਲੀਟ ਦਿਸ ਸ਼ੋਰ ਸਰ ਹਾਂਜੀ ਹਾਂਜੀ ਸੁਪਨ ਹਾਂਜੀ ਹਾਂਜੀ ਸਰ ਹਾਂਜੀ ਅੱਛਾ ਫਿਰ ਸਰ ਉਹ ਸਾਨੂੰ ਮਤਲਬ ਬੁਲਾਇਆ ਉਹਨਾਂ ਨੇ ਉਹ ਉੱਥੇ ਮਾਈਕ ਉੱਥੇ ਸਪੀਕਰ ਹੁੰਦਾ ਹੈ ਉਹ ਸਪੀਕਰ ਦੇ ਵਿੱਚ ਆਵਾਜ਼ ਆਈ ਮੇਰਾ ਨਾਮ ਲਿਆ ਉਹਨਾਂ ਨੇ ਤੇ ਫਿਰ ਅਸੀਂ ਅੰਦਰ ਗਏ ਤੇ ਅਸੀਂ ਮਤਲਬ ਉੱਥੇ ਦੋ ਚੇਅਰ ਸੀ ਇੱਕ ਖਿੜਕੀ ਸੀ ਮਤਲਬ ਇੱਕ ਵਿੱਚ ਗਲਾਸ ਸੀ ਗਲਾਸ ਦੀ ਮਤਲਬ ਗਲਾਸ ਤੋਂ ਇੱਕ ਸਾਈਡ ਤੇ ਉਹ ਦੂਸਰੇ ਬੈਠੇ ਸੀ ਵੀਜ਼ਾ ਆਫਿਸਰ ਦੂਸਰੀ ਸਾਈਡ ਅਸੀਂ ਤੇ ਨਾਲ ਸਾਡਾ ਇੰਟਰਪ੍ਰੇਟਰ ਗਿਆ ਸੀ ਤੇ ਮਤਲਬ ਉਸ ਤੋਂ ਬਾਅਦ ਚ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਵਾਈਫ ਹੈ ਨਾਲ ਤੇ ਇਹ ਬੈਠ ਗਏ ਅਸੀਂ ਦੋਨੋਂ ਬੈਠ ਗਏ ਇੰਟਰਪ੍ਰੇਟਰ ਜਿਹੜਾ ਸੀ ਉਹ ਸਾਡੇ ਲਾਗੇ ਖੜਾ ਸੀ ਉਸ ਤੋਂ ਬਾਅਦ ਸਾਡੀ ਗੱਲ ਸਟਾਰਟ ਹੋਈ ਸਭ ਤੋਂ ਪਹਿਲਾਂ ਸਵਾਲ ਕੀ ਉਹਨਾਂ ਨੇ ਪੁੱਛਿਆ ਕਿਸ ਤਰ੍ਹਾਂ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਉਹਨਾਂ ਨੇ ਆਪਣਾ ਨਾਮ ਵਗੈਰਾ ਦੱਸਿਆ ਤੁਹਾਨੂੰ ਕਿ ਪਹਿਲਾਂ ਹੀ ਸ਼ੁਰੂ ਹੋ ਗਿਆ ਨਹੀਂ ਸਰ ਉਹਨਾਂ ਨਾਮ ਨਹੀਂ ਦੱਸਿਆ ਉਹਨਾਂ ਨੇ ਦੱਸਿਆ ਕਿ ਮੈਂ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਆ ਤੇ ਮੈਂ ਇੱਥੇ ਤੁਹਾਡੀ ਇੰਟਰਵਿਊ ਲਈ ਆ ਤੇ ਜੇ ਤੁਹਾਨੂੰ ਕੁਝ ਵੀ ਇੰਟਰਵਿਊ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਕੁਐਸਚਨ ਸਮਝ ਨਹੀਂ ਆਉਂਦਾ ਤੇ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋ ਓਕੇ ਗੁੱਡ ਸੋ ਵਾਟ ਵਾਸ ਦ ਫਰਸਟ ਕੁਐਸਚਨ ਸਰ ਉਹਨਾਂ ਨੇ ਪੁੱਛਿਆ ਕਿ ਮਤਲਬ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈਗਾ ਤੁਹਾਡਾ ਜਾਂ ਤੁਹਾਡੀ ਵਾਈਫ ਦਾ ਮੈਂ ਇਹਨਾਂ ਨੂੰ ਦੱਸਿਆ ਮੇਰਾ ਕਜ਼ਨ ਹੈ ਤੇ ਮਿਸੀਸਾਗਾ ਦੇ ਵਿੱਚ ਤੇ ਉਹਨਾਂ ਨੇ ਪੁੱਛਿਆ ਉਹ ਕੀ ਕਰਦਾ ਮੈਂ ਕਿਹਾ ਉਹਨੇ ਰੀਸੈਂਟਲੀ ਸਟੱਡੀ ਕੰਪਲੀਟ ਕੀਤੀ ਹੈ ਤੇ ਨਾਓ ਹੀ ਇਜ਼ ਅਪਲਾਈਂਗ ਫੋਰ ਵਰਕ ਪਰਮਿਟ ਉਹਨੇ ਕਿਹਾ ਇਟਸ ਓਕੇ ਇਹ ਫਸਟ ਕੁਐਸਚਨ ਸੀ ਓਕੇ ਫਿਰ ਉਹਦੇ ਬਾਅਦ ਸੈਕਿੰਡ ਕੁਐਸਚਨ ਸੀ ਉਹਨਾਂ ਦਾ ਇਹ ਮਤਲਬ ਕਿ ਤੁਸੀਂ ਪਹਿਲਾਂ ਕਦੀ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਲਈ ਅਪਲਾਈ ਕੀਤਾ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਮਤਲਬ ਕਿਸੇ ਹੋਰ ਕੰਟਰੀ ਲਈ ਅਪਲਾਈ ਨਹੀਂ ਕੀਤਾ ਮੈਂ ਮਤਲਬ ਕੈਨੇਡਾ ਲਈ ਮੇਰੇ ਨਾਲ ਇਸ ਤਰ੍ਹਾਂ ਫਰੋਡ ਹੋਇਆ ਸੀ ਮੈਂ ਐਪਲੀਕੇਸ਼ਨ ਦੇ ਆਪਣੇ ਵਿੱਚ ਵੀ ਮੈਂਸ਼ਨ ਕੀਤਾ ਉਹਨਾਂ ਨੇ ਫਿਰ ਮਤਲਬ ਮੈਂ ਇਹਨਾਂ ਨੂੰ ਸਾਰਾ ਲੈਬੋਰੇਟ ਕੀਤਾ ਕੀ ਮੇਰੇ ਨਾਲ ਹੋਇਆ ਤੇ ਉਹਨਾਂ ਨੇ ਕਿਹਾ ਚਲੋ ਇਟਸ ਓਕੇ ਉਹਨਾਂ ਨੇ ਕਿਹਾ ਆਈ ਐਮ ਚੈਕਿੰਗ ਯੂਅਰ ਫਾਈਲ ਪ੍ਰੀਵੀਅਸ ਫਾਈਲ ਲਾਸਟ ਫਿਰ ਉਹਨੇ ਮੈਨੂੰ ਉਸੇ ਟਾਈਮ ਹੀ ਮੇਰਾ ਪੁਰਾਣਾ ਚੈੱਕ ਕੀਤਾ ਉਹਨਾਂ ਨੇ ਕਿਹਾ ਕਦੋਂ ਹੋਇਆ ਸੀ ਮੈਂ ਦੱਸਿਆ
ਉਹਨਾਂ ਨੇ ਉਸੇ ਟਾਈਮ ਚੈੱਕ ਕੀਤਾ। ਫਿਰ ਉਹਨਾਂ ਦਾ ਨੈਕਸਟ ਕੁਐਸਚਨ ਸੀ ਤੁਹਾਡੀ ਵਾਈਫ ਜਿਹੜੀ ਆ ਉਹ ਉੱਥੇ ਕੀ ਕਰਦੀ ਆ, ਸਟੱਡੀ ਕਿੱਥੇ ਕਰਦੀ। ਇਹਨਾਂ ਨੇ ਦੱਸਿਆ ਵੀ ਇੱਥੇ ਯੂਨੀਵਰਸਿਟੀ 'ਚ ਉਹ ਮਾਸਟਰ ਕਰ ਰਹੇ ਆ। ਉਹਨਾਂ ਨੇ ਫਿਰ ਪੁੱਛਿਆ ਕਿ ਕਿੰਨੇ ਟਾਈਮ ਦੀ ਡਿਊਰੇਸ਼ਨ ਕੀ ਆ। ਮੈਂ ਕਿਹਾ ਡਿਊਰੇਸ਼ਨ ਜਿਹੜੀ ਆ ਉਹਨਾਂ ਦੀ 2 ਈਅਰ ਦੀ ਆ, ਬਟ ਹੀ ਵਿਲ ਕੰਪਲੀਟ ਇਨ 16 ਮੰਥ। ਤੇ ਉਹ ਇਸ ਗੱਲ ਤੇ ਜਿਸ ਵਕਤ ਤੁਹਾਡੀ ਗੱਲਬਾਤ ਚੱਲ ਰਹੀ ਸੀ ਗੁਰਪ੍ਰੀਤ, ਤੁਹਾਡੇ ਨਾਲ ਬੈਠੀ ਸੁਣ ਰਹੀ ਸੀ ਤੁਹਾਡੀ ਗੱਲਬਾਤ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਓਕੇ ਓਕੇ। ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਮਤਲਬ ਹਾਂਜੀ ਕੋਈ ਇਸ ਤਰ੍ਹਾਂ ਦਾ ਪਰੂਫ ਦਿਓ ਜਿਹੜਾ ਤੁਹਾਡੀ ਮੈਰਿਜ ਤੋਂ ਪਹਿਲਾਂ ਦਾ ਹੋਵੇ, ਕੋਈ ਡਾਕੂਮੈਂਟ ਜਾਂ ਕੁਛ ਜਿਸ ਤੋਂ ਪਤਾ ਲੱਗੇ ਤੁਸੀਂ ਇਕੱਠੇ ਮਤਲਬ ਇਕੱਠੇ ਰਹਿੰਦੇ ਸੀ ਜਾਂ ਤੁਹਾਡਾ ਜਿਹੜਾ ਇਹ ਰਿਲੇਸ਼ਨ ਸੀ ਪੁਰਾਣਾ। ਤੇ ਨਹੀਂ ਸਰ ਸੋਰੀ, ਇਸ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਇਹ ਪੁੱਛਿਆ ਸੀ ਕਿ ਤੁਹਾਡਾ ਰਿਲੇਸ਼ਨ ਕਦੋਂ ਸਟਾਰਟ ਹੋਇਆ। ਮੈਂ ਉਹਨਾਂ ਨੂੰ ਦੱਸਿਆ ਕਿ ਸਾਡੀ ਮੈਰਿਜ ਸੀ ਇਹ ਮਤਲਬ ਇਸ ਸਾਲ ਦੇ ਵਿੱਚ ਸਾਡਾ ਰਿਲੇਸ਼ਨ ਸਟਾਰਟ ਹੋਇਆ। ਮੈਂ ਡੇਟਸ ਜਿਹੜੀਆਂ ਸੀ ਉਹ ਮੈਂ ਜਿਹੜੀ ਆਪਣੀ ਮੈਰਿਜ ਸੈਰੇਮਨੀ ਦੀਆਂ ਡੇਟਸ ਸੀ ਉੱਥੇ ਮੈਂ ਡੇਟਸ ਦੱਸੀਆਂ ਸੀ, ਇੱਥੇ ਮੈਂ ਇਹਨਾਂ ਨੂੰ ਮੰਥ ਦੱਸਿਆ ਸੀ ਜੂਨ ਜਾਂ ਮਈ ਜਿਸ ਤਰ੍ਹਾਂ ਵੀ ਸੀ। ਉਹ ਮੰਥ ਦੇ ਵਿੱਚ ਦੱਸਿਆ ਉਹਨਾਂ ਨੂੰ ਕਿ ਮੇਰਾ ਇਸ ਟਾਈਮ ਜਿਹੜਾ ਵਾ ਉਹ ਮਤਲਬ ਹੋਇਆ, ਸਾਡਾ ਇੱਥੇ ਅਸੀਂ ਮਿਲੇ ਇਸ ਮੰਥ ਦੇ ਵਿੱਚ, ਸਾਡਾ ਮਤਲਬ ਮੈਰਿਜ ਫਿਕਸ ਹੋਈ, ਇਸ ਡੇਟ ਨੂੰ ਸਾਡੀ ਮੈਰਿਜ ਹੋਈ, ਇਹ ਸਾਰਾ ਕੁਛ ਉਹਨਾਂ ਨੂੰ ਮੈਂ ਦੱਸਿਆ। ਉਸ ਤੋਂ ਬਾਅਦ ਚ ਮੈਨੂੰ ਪੁੱਛਿਆ ਸੀ ਕਿ ਹਾਂਜੀ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਜਾਂ ਕੋਈ ਕੁਛ ਦੋ ਮੈਨੂੰ ਪਰੂਫ ਕਿ ਜਿੱਥੋਂ ਪਤਾ ਲੱਗੇ ਕਿ ਤੁਹਾਡਾ ਰਿਲੇਸ਼ਨ ਤਾਂ। ਮੈਂ ਇਹਨਾਂ ਨੂੰ ਆਪਣੀਆਂ ਫੋਟੋਗ੍ਰਾਫ, ਮੈਂ ਕਿਹਾ ਮੇਰੇ ਕੋਲ ਫੋਟੋਗ੍ਰਾਫਸ ਹੈਗੀ ਉਹਦੇ ਸ਼ੋ ਮੀ, ਮੈਂ ਇਹਨਾਂ ਨੂੰ ਸਾਰੀਆਂ ਵਿਖਾਈਆਂ। ਤੇ ਮੇਰੀਆਂ ਜਿਹੜੀਆਂ ਮੈਂ ਸਭ ਤੋਂ ਉੱਪਰ ਜਿਹੜੀਆਂ ਫੋਟੋਗ੍ਰਾਫਸ ਲਾਈਆਂ ਸੀ ਉਹ ਸਾਡੀਆਂ ਕਨਵੋਕੇਸ਼ਨ ਦੀਆਂ। ਤੇ ਕਨਵੋਕੇਸ਼ਨ ਦੇ ਵਿੱਚ ਜਦੋਂ ਉਹ ਮਤਲਬ ਸਾਡੇ ਜਿਹੜੇ ਸੋਲਡਰ ਸੀ ਉੱਥੇ ਨਾ ਕਨਵੋਕੇਸ਼ਨ ਜਦੋਂ ਹੁੰਦੀ ਉੱਥੇ ਇੱਕ ਨੰਬਰ ਲੱਗਦਾ, ਤੁਹਾਨੂੰ ਇੱਕ ਨੰਬਰ ਮਿਲਦਾ, ਸੀਰੀਅਲ ਨੰਬਰ ਮਿਲਦਾ ਕਿ ਤੁਸੀਂ ਐਸ ਐਸ ਆਰਡਰ ਦੇ ਵਿੱਚ ਤੁਸੀਂ ਉੱਥੇ ਜਾ ਕੇ ਆਪਣੀ ਡਿਗਰੀ ਲੈਣੀ ਹੈ। ਉਹਨਾਂ ਨੇ ਸਾਰਾ ਕੁਛ ਵੇਖਿਆ, ਦੋ ਫੋਟੋਆਂ ਵੇਖੀਆਂ, ਤੀਜੀ ਫੋਟੋ ਉਹਨਾਂ ਨੇ ਅੱਧੀ ਵੇਖੀ ਤੇ ਮੈਂ ਸਾਈਡ ਤੇ ਰੱਖੀ, ਕਹਿੰਦੇ ਠੀਕ ਹੈ ਦੱਸੋ। ਉਸ ਜਗ੍ਹਾ ਤੇ ਮਤਲਬ ਸਾਨੂੰ ਉਹਨਾਂ ਦੇ ਇੰਪ੍ਰੈਸ਼ਨ ਤੋਂ ਲੱਗ ਗਿਆ ਸੀ ਕਿ ਐਕਸਪ੍ਰੈਸ਼ਨ ਤੋਂ ਵੀ ਉਹ ਮਤਲਬ ਸਾਡੇ ਤੋਂ ਸੈਟਿਸਫਾਈ ਹੋ ਗਏ। ਉਹਨਾਂ ਨੇ ਕੋਈ ਜ਼ਿਆਦਾ ਨਹੀਂ ਔਖਾ, ਫਿਰ ਉਹਨਾਂ ਨੇ ਪੁਰਾਣੇ ਕੇਸ ਬਾਰੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਕੋਲ ਕੋਈ ਰਿਫਿਊਜ਼ਲ ਲੈਟਰ ਕੋਈ ਕੁਛ ਹੋਵੇ। ਮੈਂ ਕਿਹਾ ਮੈਂ ਇਹਨਾਂ ਨੂੰ ਦੱਸਿਆ ਮੇਰਾ ਫਰੋਡ ਹੋਇਆ ਸੀ, ਉਹਨਾਂ ਮੈਨੂੰ ਕੁਛ ਨਹੀਂ ਦਿੱਤਾ। ਤੇ ਮੈਂ ਇਹਨਾਂ ਨੂੰ ਦੱਸਿਆ ਕਿ ਮਤਲਬ ਮੇਰੀ ਜਿਹੜੀ ਮੈਂ ਮੇਲਸ ਕੀਤੀਆਂ ਸੀ ਅੰਬੈਸੀ ਨੂੰ ਕਿ ਮੈਨੂੰ ਦੱਸ ਮੈਂ ਕੈਪਸ ਨੋਟ ਅਪਲਾਈ ਕਰਨੇ ਆ, ਮੈਨੂੰ ਕੋਈ ਫਾਈਲ ਨੰਬਰ ਜਾਂ ਕੋਈ ਰਿਫਿਊਜ਼ਲ ਲੈਟਰ ਮੈਨੂੰ ਦਿੱਤੀ ਜਾਵੇ। ਤੇ ਉਹ ਮੈਂ ਕਿਹਾ ਉਹਨਾਂ ਦਾ ਮੈਨੂੰ ਰਿਪਲਾਈ ਆਇਆ ਸੀ ਤੇ ਉਹਨਾਂ ਨੇ ਮੇਰੇ ਕੋਲੋਂ ਵਟਸਐਪ ਸੋਰੀ ਮੇਲ ਦੇ ਉੱਪਰ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਪਣਾ ਪੁਰਾਣੇ ਪਾਸਪੋਰਟ ਦੀ ਫੋਟੋ ਸੈਂਡ ਕਰ ਦਿਓ। ਮੈਂ ਉਹਨਾਂ ਨੂੰ ਕਰ ਦਿੱਤੀ ਤੇ ਇਹਨੇ ਨੂੰ ਮੇਰੀ ਵਾਈਫ ਨੇ ਕਿਹਾ ਕਿ ਸਾਡੇ ਕੋਲ ਉਹ ਜਿਹੜੀਆਂ ਮੇਲਸ ਆ ਉਹ ਹੈਗੀਆਂ ਤੇ ਸਾਡੇ ਕੋਲ ਪ੍ਰਿੰਟ ਆਊਟ ਹੈ। ਉਹਨੇ ਕਿਹਾ ਮੈਨੂੰ ਦਿਖਾਓ, ਉਹਨੇ ਮਤਲਬ ਬੜਾ ਜਿਸ ਤਰ੍ਹਾਂ ਨਾ ਐਕਸਾਈਟਡ ਜਿਹਾ ਹੋ ਗਿਆ, ਲਿਆ ਮਤਲਬ ਕਿ ਮੈਨੂੰ ਸ਼ੋ ਮੀ ਸ਼ੋ ਮੀ। ਉਹਨੂੰ ਮੈਂ ਉਹ ਦਿਖਾਇਆ ਤੇ ਉਹਨੇ ਪੜ੍ਹਿਆ, ਉਹਨੇ ਫਿਰ ਮੈਨੂੰ ਕਿਹਾ ਕਿ ਮਤਲਬ ਫਿਰ ਉਹਨੇ ਕਿਹਾ ਵੀ ਆਈ ਐਮ ਸੈਟੀਸਫਾਈਡ, ਯੂਅਰ ਰਿਲੇਸ਼ਨ ਇਜ਼ ਜੈਨੂਇਨ। ਤੇ ਉਸ ਤੋਂ ਬਾਅਦ ਫਿਰ ਉਹਨੇ ਮੈਨੂੰ ਕਿਹਾ ਕਿ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਤੁਹਾਡੇ ਪੁਰਾਣੇ ਕੇਸ 'ਚ ਹੋਇਆ ਕੀ। ਅੱਛਾ ਓਕੇ। ਉਹਨੇ ਮਤਲਬ ਮੈਨੂੰ ਸਾਰਾ ਦੱਸਿਆ ਕਿ ਤੁਹਾਡੇ ਜਿਹੜੇ ਕੇਸ ਦੇ ਵਿੱਚ ਫੇਕ ਡਾਕੂਮੈਂਟ ਲੱਗੇ ਸੀ ਤੇ 2 ਸਾਲ ਦਾ ਬੈਨ ਦਿੱਤਾ ਗਿਆ ਸੀ ਤੁਹਾਨੂੰ। ਅੱਛਾ ਹਾਂਜੀ, ਉਸ ਟਾਈਮ ਫਿਰ ਉਹਨੇ ਮੈਨੂੰ ਕਿਹਾ ਕਿ ਤੁਹਾਨੂੰ ਅਵੇਅਰ ਰਹਿਣਾ ਚਾਹੀਦਾ ਇਹੋ ਜਿਹੇ ਕੰਸਲਟੈਂਟ ਤੋਂ। ਤੇ ਕਿਉਂਕਿ ਜਿਹੜੀ ਤੁਹਾਡੀ ਇੱਥੇ ਹਿਸਟਰੀ ਬਣ ਰਹੀ ਹੈ ਨਾ, ਜਿਹੜੀ ਇਮੀਗ੍ਰੇਸ਼ਨ ਹਿਸਟਰੀ ਤੁਹਾਡੀ ਬਣ ਰਹੀ ਆ, ਉਹ ਤੁਹਾਡੀ ਸਾਰੀ ਲਾਈਫ ਵਾਸਤੇ ਆ, ਇਹ ਤੁਹਾਡਾ ਰਿਕਾਰਡ ਆ ਕਿ ਤੁਸੀਂ ਜਿੱਥੇ ਜਾਓਗੇ ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਜਿਹੜੀ ਆ, ਜਾਂ ਸਾਡੇ ਜਾਂ ਕੈਨੇਡਾ ਲਈ ਕਦੀ ਵੀ ਅਪਲਾਈ ਕਰੋਗੇ ਉਹ ਤੁਹਾਡੀ। ਤੇ ਮੈਂ ਇੱਥੇ ਦੱਸਣਾ ਚਾਹੂੰਗੀ ਜਿਹੜੀ ਕੈਨੇਡਾ ਤੇ US ਆ ਉਹ ਡਾਟਾ ਸ਼ੇਅਰ ਕਰਦੇ ਆਪਸ ਚ। ਕੋਈ US ਚਲੇ ਜਾਓ ਜਾਂ ਕੈਨੇਡਾ ਚਲੇ ਜਾਓ, ਉਹਨਾਂ ਨੇ ਡਾਟਾ ਸ਼ੇਅਰ ਕਰਨਾ ਹੈ ਤੁਹਾਡੀ, ਕਿਸੇ ਵੀ ਦੇਸ਼ ਦੀ ਹਿਸਟਰੀ ਇੱਕ ਦੂਜੇ ਨੂੰ ਸ਼ੋਅ ਹੋਣੀ ਹੈ। ਤੇ ਉਹਨਾਂ ਨੇ ਮੈਂ ਉਹਨਾਂ ਨੂੰ ਫਿਰ ਇੱਥੇ ਦੱਸਿਆ ਕਿ ਮੈਂ ਬੜਾ ਕੁਛ ਸਿੱਖਿਆ ਉਸ ਫਰੋਡ ਤੋਂ ਤੇ ਤੁਸੀਂ ਚੈੱਕ ਕਰੋ। ਮੈਂ ਉਹਨਾਂ ਨੂੰ ਕਿਹਾ ਮੈਂ ਬੜਾ ਸਿੱਖਿਆ ਉਹਨਾਂ ਉਸ ਫਰੋਡ ਤੋਂ ਤੇ ਮੈਂ ਹੁਣ ਜਦੋਂ ਅਪਲਾਈ ਕੀਤਾ ਮੇਰੇ ਜਿਹੜੇ ਮੇਰੇ ਲਾਇਰ ਨੇ ਉਹ ICCRC ਮੈਂਬਰ ਨੇ, ਉਹਨੇ ਉਸੇ ਟਾਈਮ ਚੈੱਕ ਕੀਤਾ ਕਹਿੰਦੀ ਯੈਸ ਇਟਸ ਗੁੱਡ। ਤੇ ਮਤਲਬ ਉਹਨੇ ਤੁਹਾਡਾ ਚੈੱਕ ਕੀਤਾ ਕਿ ਇਹਨਾਂ ਥਰੂ ਹੀ ਹੋਇਆ, ਫਿਰ ਉਹਨੇ ਕਿਹਾ ਹਾਂ ਇਹ ਵਧੀਆ ਆ ਠੀਕ ਆ। ਤੇ ਫਿਰ ਉਸ ਤੋਂ ਬਾਅਦ ਚ ਉਹਨੇ ਸਾਰਾ ਮਤਲਬ ਸਾਨੂੰ ਕਿਹਾ ਕਿ ਮੈਂ ਤੁਹਾਡੇ ਰਿਲੇਸ਼ਨ ਤੋਂ ਜਾਂ ਤੁਹਾਡੇ ਜੋ ਵੀ ਤੁਹਾਡੇ ਰਿਸ਼ਤੇ ਤੋਂ ਮੈਂ ਸੈਟਿਸਫਾਈ ਹਾਂ, ਯੂਅਰ ਮੈਰਿਜ ਇਜ਼ ਜੈਨੂਇਨ। ਤੇ ਮੈਂ ਪਰ ਇੱਕ ਵਾਰ ਨਾ ਥੋੜਾ ਟਾਈਮ ਲਵਾਂਗੀ ਤੁਹਾਡੀ, ਇੱਕ ਵਾਰ ਰਿਪੀਟ ਚੈੱਕ ਕਰਨੀ ਮੈਂ ਫਾਈਲ ਦੁਬਾਰਾ ਇੱਕ ਵਾਰ ਚੈੱਕ ਕਰਾਂਗੀ ਤੇ ਮੈਂ ਤੁਹਾਨੂੰ ਜਿਹੜਾ ਡਿਸੀਜਨ ਹੈ ਥਰੂ ਮੇਲ ਤੁਹਾਨੂੰ ਭੇਜ ਦੂੰਗੀ। ਪਰ ਮਤਲਬ ਡਿਸੀਜਨ ਕੀ, ਉਹਨੇ ਤਾਂ ਸਾਨੂੰ ਕੰਗਰੈਜੂਲੇਸ਼ਨ ਵੀ ਕਹਿ ਦਿੱਤਾ ਸੀ ਉੱਥੇ ਕਿ ਠੀਕ ਹੈ ਮੈਂ ਤੁਹਾਡਾ ਜਿਹੜਾ ਵਾ ਓਕੇ ਕਰਤਾ ਹੈ।
ਤੇ ਬਸ ਸਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੂੰਗਾ ਕਿ ਜਿਹੜਾ ਇੰਟਰਪ੍ਰੇਟਰ ਵਾਲਾ ਕੰਮ ਹੈ ਨਾ ਉਹ ਥੋੜਾ ਰਿਸਕੀ ਹੁੰਦਾ ਜੇ ਤੁਹਾਨੂੰ ਵਿਸ਼ੇ ਬਿਲਕੁਲ ਨਹੀਂ ਆਉਂਦਾ। ਸਰ ਜੀ ਤੁਸੀਂ ਮੈਨੂੰ, ਮੈਂ ਤੁਹਾਨੂੰ ਇੱਥੇ ਹੀ ਰੋਕ ਦਿਆਂਗਾ, ਤੁਹਾਨੂੰ ਮੈਂ ਅੱਗੇ ਹੀ ਪਹਿਲਾਂ ਮੈਂ ਕਹਿ ਚੁੱਕਿਆ ਸੀ ਕਿ ਵੀ ਮੈਂ ਪਰਸਨਲੀ ਫੇਵਰ ਨਹੀਂ ਕਰਦਾ ਕਿ ਲੋਕ ਇੰਟਰਪ੍ਰੇਟਰ ਲੈ ਕੇ ਜਾਓ, ਕਿਉਂਕਿ ਇੰਟਰਪ੍ਰੇਟਰ ਨਾਲ ਮਿਲਾਵਟ ਹੋਣ ਦੇ ਥੋੜ੍ਹੇ ਚਾਂਸਸ ਹੁੰਦੀ ਹੈ ਜ਼ਿਆਦਾ, ਅਤੇ ਇੰਟਰਪ੍ਰੇਟਰ ਨਾਲ ਇੱਕ ਇੱਕ ਉਹ ਇਮੋਸ਼ਨ ਕਨਵੇ ਨਹੀਂ ਹੁੰਦਾ। ਮੈਨੂੰ ਇਹ ਇਸ ਤਰ੍ਹਾਂ ਦੀ ਫੀਲਿੰਗ ਹੈ ਕਿ ਵੀ ਜੋ ਜੋ ਇਨਸਾਨ ਆਪਣੇ ਪਿਆਰ ਮੁਹੱਬਤ ਦੀ ਗੱਲਾਂ, ਜਿਹੜੀ ਡਾਕੂਮੈਂਟਸ ਹੈ, ਰਿਲੇਸ਼ਨਸ਼ਿਪ ਹਿਸਟਰੀ ਜਾਂ ਹੋਰ ਵੀ ਕੋਈ ਫੈਕਟਸ ਹੈ ਜਿਹੜੇ ਆਪਣੇ ਆਪ ਉਹ ਦੱਸ ਸਕਦੇ ਹਾਂ, ਭਾਵੇਂ ਉਹ ਇੰਗਲਿਸ਼ ਉਹਨਾਂ ਦੀ ਵਧੀਆ ਨਾ ਹੋ, ਲੇਕਿਨ ਉਹ ਇੰਟਰਪ੍ਰੇਟਰ ਰਾਹੀਂ ਅਗਰ ਆਏਗਾ ਤੇ ਉਹ ਇਮੋਸ਼ਨ ਕੱਟ ਆਫ ਹੋ ਜਾਂਦਾ ਹੈ। ਇਹ ਮੇਰਾ ਐਕਸਪੀਰੀਅੰਸ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਸਿਰਫ ਇਸ ਕਰਕੇ ਲੈ ਕੇ ਗਿਆ ਸੀ ਕਿ ਕੋਈ ਕੋਈ ਕੁਐਸਚਨ ਇਸ ਤਰ੍ਹਾਂ ਦਾ, ਕੋਈ ਮੇਰੀ ਮੇਰੀ ਬੁਰੀ ਕਿਸਮਤ ਜਾਂ ਕੁਛ ਇਸ ਤਰ੍ਹਾਂ ਦਾ, ਕੋਈ ਉਹ ਇਸ ਤਰ੍ਹਾਂ ਦਾ ਵਰਡ ਯੂਜ ਕਰ ਜਾਣ, ਕੋਈ ਵੋਕੈਬਲਰੀ ਇਸ ਤਰ੍ਹਾਂ ਦੀ ਯੂਜ ਕਰ ਜਾਣ ਜਿਹੜੀ ਮੈਨੂੰ ਸਮਝ ਨਾ ਆਵੇ ਤੇ ਮੈਂ ਉਹਨਾਂ ਦੇ ਕੁਐਸਚਨ ਦਾ ਆਨਸਰ ਨਾ ਦੇ ਸਕਾਂ ਜਾਂ ਗਲਤ ਦੇ ਸਕਾਂ। ਤੇ ਵੈਸੇ ਮੇਰੀ ਵਾਈਫ ਨਾਲ ਸੀ ਪਰ ਮੈਂ ਆਪਣੀ ਵਾਈਫ ਨੂੰ ਰੋਕਿਆ ਸੀ ਕਿ ਤੁਸੀਂ, ਮਤਲਬ ਮੈਂ ਵਾਈਫ ਨੂੰ ਕਿਹਾ ਤੁਸੀਂ ਉਦੋਂ ਬੋਲਣਾ ਜਦੋਂ ਉਹ ਤੁਹਾਨੂੰ ਕੁਐਸਚਨ ਕਰਨ, ਕਿਉਂਕਿ ਜਿਹੜੀ ਉਹਨਾਂ ਨੇ ਮੈਨੂੰ ਮੇਲ ਸੈਂਡ ਕੀਤੀ ਸੀ ਨਾ ਉਹਦੇ ਵਿੱਚ ਉਹਨਾਂ ਸਾਫ਼ ਲਿਖਿਆ ਸੀ ਕਿ ਜਿਹੜਾ ਇੰਟਰਪ੍ਰੇਟਰ ਹੋਏਗਾ ਉਹ ਆਹ ਤਿੰਨ ਕੰਪਨੀਆਂ ਇਹਨਾਂ ਦਾ ਹੋਏਗਾ, ਜੇ ਤੁਸੀਂ ਆਪਣੇ ਨਾਲ ਕੋਈ ਇੰਟਰਪ੍ਰੇਟਰ ਲੈ ਕੇ ਆਉਂਦੇ ਹੋ ਜਾਂ ਕੋਈ ਆਪਣਾ ਰੈਲੇਟਿਵ ਨੋਨ, ਉਹ ਉੱਥੇ ਤੁਹਾਡੀ ਇੰਟਰਪ੍ਰੇਸ਼ਨ ਨਹੀਂ ਕਰ ਸਕਦਾ, ਉਹਨੂੰ ਅਸੀਂ ਲੀਗਲ ਨਹੀਂ ਮੰਨਾਂਗੇ, ਉਹ ਸਾਡੇ ਆਥੋਰਾਈਜ਼ਡ ਹੀ ਹੋਣਗੇ। ਤੇ ਮੈਂ ਆਪਣੀ ਵਾਈਫ ਨੂੰ ਕਿਹਾ ਸੀ ਕਿ ਜੇ ਕੁਐਸਚਨ ਕਰਨ ਤੇ ਫਿਰ ਹੀ ਤੁਸੀਂ ਮਤਲਬ ਬੋਲਣਾ ਜਾਂ ਮੇਰੀ, ਮੈਂ ਵੀ ਜਦੋਂ ਮੇਰਾ ਇੰਟਰਪ੍ਰੇਟਰ ਹਾਫ ਗੱਲ ਕਰਕੇ ਰੁਕ ਜਾਂਦਾ ਸੀ ਤੇ ਫਿਰ ਮੈਂ ਅੱਗੋਂ ਕੰਟੀਨਿਊ ਕਰਦਾ ਸੀ। ਦੋ ਤਿੰਨ ਕੁਐਸਚਨ ਦੇ ਆਨਸਰ ਉਹਨੇ ਮੇਨ ਜਿਹੜੇ ਸੀ ਉਹਨੇ ਦਿੱਤੇ ਸੀ ਪਰ ਮੈਂ ਉੱਥੋਂ ਸੈਟਿਸਫਾਈ ਨਹੀਂ ਹੋਇਆ, ਫਿਰ ਮੈਂ ਉੱਥੋਂ ਜਿੱਥੋਂ ਛੱਡ ਜਾਂਦਾ ਸੀ ਕਿਉਂਕਿ ਮੈਂ ਉਹਨੂੰ ਪੂਰੀ ਗੱਲ ਦੱਸਦਾ ਸੀ, ਉਹ ਅੱਧੀ ਗੱਲ ਦੱਸ ਕੇ ਛੱਡ ਦਿੰਦਾ ਸੀ, ਮੈਂ ਅੱਗੋਂ ਫਿਰ ਕੰਟੀਨਿਊ ਕਰਦਾ ਸੀ ਇਸ ਤਰ੍ਹਾਂ ਆ। ਫਿਰ ਮੈਂ ਮਤਲਬ ਜ਼ਿਆਦਾ ਗੱਲ ਆਪ ਹੀ ਕਰ ਲਈ, ਵਿੱਚੋਂ ਇੱਕ ਦੋ ਕੁਐਸਚਨ ਦੇ ਉਹਨੇ ਸੈਂਟਰ ਦੇ ਵਿੱਚ ਉਹਨੇ ਆਨਸਰ ਦਿੱਤੇ ਸੀ ਪਰ ਉਸ ਤੋਂ ਬਾਅਦ 'ਚ ਅਸੀਂ ਸਟਾਰਟ ਕਰ ਦਿੱਤੇ ਸਾਡੀ ਉਹ ਇੰਟਰਵਿਊ ਜਿਹੜੀ 5-7 ਮਿੰਟ ਦੇ ਵਿੱਚ ਸਾਡੇ ਤੋਂ ਸੈਟਿਸਫਾਈ ਹੋ ਗਈ ਸੀ। ਜਿਹੜੇ ਲਾਸਟ 5-7 ਮਿੰਟ ਸੀ ਉਹਨੇ ਸਿਰਫ ਸਾਨੂੰ ਪੁਰਾਣੇ ਕੇਸ ਦੀ ਹਿਸਟਰੀ ਦੱਸਣ ਲਈ ਥੋੜ੍ਹੇ ਲਏ ਟਾਈਮ ਲਿਆ। ਮੈਂ ਤੁਹਾਨੂੰ ਚੈੱਕ ਕਰਕੇ ਦੱਸਦੀ ਹਾਂ ਕਿ ਕੀ ਕੀ ਹੈ ਸਰ ਇਹਦੇ ਵਿੱਚ। ਇੱਕ ਹੋਰ ਗੱਲ ਮੈਂ ਉਹਨਾਂ ਨੂੰ ਕਹੀ, ਮੈਨੂੰ ਡਰ ਸੀ ਕਿ ਇੱਕ ਪਾਸੇ ਤੇ ਤੂੰ ਉਹ ਮੈਨੂੰ ਇਹ ਨਾ ਕਹਿਣ ਕਿ ਇੱਕ ਪਾਸੇ ਤੂੰ ਕਹਿ ਰਿਹਾ ਕਿ ਮੇਰੇ ਨਾਲ ਫਰੋਡ ਹੋਇਆ, ਮੈਂ ਤੇ ਲਿਸਟ ਵੀਜ਼ਾ ਅਪਲਾਈ ਨਹੀਂ ਕੀਤਾ, ਸਟੱਡੀ ਕੀਤਾ ਸੀ, ਤੇ ਤੂੰ ਇੱਕ ਪਾਸੇ ਤੂੰ ਅੰਬੈਸੀ ਨੂੰ ਮੇਲ ਕਰ ਰਿਹਾ ਕਿ ਮਤਲਬ ਮੈਂ ਵਿਸਟਰ ਵੀਜ਼ਾ ਅਪਲਾਈ ਕੀਤਾ ਸੀ ਤੇ ਮੇਰੇ ਨਾਲ ਫਰੋਡ ਹੋਇਆ। ਮੈਂ ਇਹਨਾਂ ਨੂੰ ਦੱਸਿਆ ਕਿ ਮੈਂ IRCC ਦੀ ਵੈਬਸਾਈਟ ਤੇ ਪੜਿਆ ਸੀ ਕਿ ਤੁਹਾਡੇ ਨਾਲ ਚਾਹੇ ਕੋਈ ਵੀ ਫਰੋਡ ਹੋ ਜਾਂਦਾ ਹੈ ਭਾਵੇਂ ਕੁਛ ਵੀ, ਪਰ ਜਿਹੜੀ ਫਾਈਲ ਅੰਬੈਸੀ ਦੇ ਵਿੱਚ ਸਬਮਿਟ ਹੁੰਦੀ ਹੈ ਜੇ ਉਹ ਤੁਹਾਡੇ ਨਾਮ ਤੇ ਹੁੰਦੀ ਆ ਤੇ ਉਹਦੇ ਉਹਦੇ ਰਿਸਪੋਂਸੀਬਲ ਤੁਸੀਂ ਹੀ ਮੰਨੇ ਜਾਓਗੇ। That's right. ਇਸ ਕਰਕੇ ਮੈਂ ਆਪਣੀ ਮੇਲ ਦੇ ਵਿੱਚ ਇਹ ਲਿਖਿਆ ਸੀ ਕਿ ਮੇਰੇ ਵੱਲੋਂ ਇਹ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਗਿਆ ਜਦਕਿ ਮੇਰੇ ਕੰਸਲਟੈਂਟ ਨੇ ਮੇਰੇ ਨਾਲ ਫਰੋਡ ਕੀਤਾ ਸੀ, ਉਹਨੇ ਸਿਰਫ ਮੈਨੂੰ ਵਿਖਾਉਣ ਲਈ ਕਿ ਤੇਰੀ ਮੈਂ ਫਾਈਲ ਜਿਹੜੀ ਅਪਲਾਈ ਕੀਤੀ ਆ, ਇਸ ਲਈ ਉਹਨੇ ਮੈਨੂੰ ਵਿਜ਼ਟਰ ਵੀਜ਼ਾ ਤੇ ਅਪਲਾਈ ਕਰਕੇ ਤੇ ਛੱਡ ਦਿੱਤਾ। ਮੈਂ ਉਦੋਂ VFS ਕਾਲ ਕੀਤੀ ਸੀ ਤੇ VFS ਵਾਲਿਆਂ ਨੇ ਮੈਨੂੰ ਉਸ ਟਾਈਮ ਦੱਸਿਆ ਸੀ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਵਿਜ਼ਟਰ ਵੀਜ਼ਾ ਦੇ ਉੱਪਰ ਸਬਮਿਟ ਹੋਈ ਹੈ, ਤਾਂ ਮੈਨੂੰ ਸਿਰਫ ਇੰਨੀ ਨੌਲੇਜ ਸੀ ਕਿ ਮੇਰੀ ਫਾਈਲ ਜਿਹੜੀ ਆ ਵਿਜ਼ਟਰ ਵੀਜ਼ਾ ਤੇ ਸਬਮਿਟ ਹੋਈ। ਦੇਖੋ ਐਟਲੀਸਟ ਆਈ ਐਮ ਸ਼ੋਰ ਕਿ ਇੰਟਰਵਿਊਇੰਗ ਆਫਿਸਰ ਨੂੰ ਇਹ ਪਤਾ ਲੱਗਿਆ ਕਿ ਵੀ ਇਹ ਬੰਦਾ ਜਿਹੜਾ ਆਇਆ ਨਾ ਰਿਸਰਚ ਕਰਕੇ ਆਇਆ, ਆਪਣਾ ਹੋਮਵਰਕ ਕਰਕੇ ਆਇਆ। ਨੰਬਰ 1 IRCC ਦੀ ਵੈਬਸਾਈਟ 'ਤੇ VFS ਨੂੰ ਕਾਲ ਕਰਕੇ, VFS ਦੇ ਥਰੂ ਫਿਰ ਐਮਬੈਸੀ ਨੂੰ ਈਮੇਲ ਕਰਕੇ ਉਹਨਾਂ ਨੂੰ ਨੋਟੀਫਾਈ ਕਰਨਾ ਕਿ ਮੇਰੇ ਨਾਲ ਇਹ ਹੋਇਆ, ਪਲੀਜ਼ ਤੁਸੀਂ ਕਰੋ। ਇਹ ਨੋਰਮਲੀ ਬੰਦੇ ਇੰਨਾ ਖੇਚੜ ਕਰਦੇ ਨਹੀਂ ਹੈ, ਇੰਨਾ ਜ਼ਿਆਦਾ ਟ੍ਰਬਲ ਲੈਂਦੇ ਨਹੀਂ ਹੈ, ਤੋ ਇਸ ਕਰਕੇ ਉਹਨਾਂ ਨੂੰ ਪਤਾ ਲੱਗਿਆ ਕਿ ਬੰਦਾ ਡਿਲੀਜੈਂਟ ਹੈ, ਇਹ ਆਪਣਾ ਹੋਮਵਰਕ ਆਪਣਾ ਕਰ ਰਿਹਾ ਹੈ। ਦੂਸਰਾ, ਜਿਹੜਾ ਉਹਨਾਂ ਨੇ ਇੰਟਰਵਿਊਇੰਗ ਆਫਿਸਰ ਨੇ ਤੁਹਾਨੂੰ ਕਿਹਾ ਕਿ ਵੀ ਇਹ ਮੈਂ ਬਾਕੀ ਕਈ ਮੈਂ ਪੁਰਾਣੀ ਵੀਡੀਓ 'ਚ ਵੀ ਕਹਿ ਚੁੱਕਿਆ ਕਿ US ਐਂਡ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ, ਡੇਟਾਬੇਸ ਹੈ, ਇੱਕ ਦੂਜੇ ਨਾਲ ਕਨੈਕਟਡ ਹੈ। ਕਈ ਵਾਰ ਮੈਨੂੰ ਲੋਕ ਕਹਿੰਦੇ ਹੈ ਕਿ ਵੀ ਅਸੀਂ ਜੀ ਅਮੈਰੀਕਾ ਘਰ ਬੈਠੇ ਜੀ ਵੀਜ਼ਾ ਅਪਲਾਈ ਜੀ, ਉੱਥੇ ਜੀ ਰਿਫਿਊਜ਼ ਹੋ ਗਿਆ, ਕਿਸੇ ਨੂੰ ਪਤਾ ਨਾ ਚੱਲਿਆ, ਅਸੀਂ ਨਾਮ ਚੇਂਜ ਕਰ ਲਿਆ, ਫਲਾਣਾ ਕੁਛ ਹੋਰ ਚੇਂਜ ਕਰ ਲਿਆ, ਕਿ ਵੀ ਇਹ ਜੀ ਕਵਰ ਅਪ ਹੀ ਰਹੇ। ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਤੁਸੀਂ ਜੋ ਮਰਜ਼ੀ ਕਰਨਾ ਹੈ ਕਰ ਲਓ, US ਦੀ ਇਨਫੋਰਮੇਸ਼ਨ ਕੈਨੇਡਾ ਨੂੰ 100% ਅੱਜ ਨਹੀਂ ਤਾਂ ਕੱਲ੍ਹ ਪਤਾ ਲੱਗੀ ਜਾਏਗੀ। ਨੋਟ ਓਨਲੀ US, ਦੇ ਆਰ 5 ਕੰਟਰੀਜ਼, US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਇੰਗਲੈਂਡ। ਇਹ ਪੰਜੋ ਜਿਹੜੀ ਕੰਟਰੀਜ਼ ਹੈ ਇਹਨਾਂ ਨੂੰ ਕਹਿੰਦੇ 5 ਅੱਖਾਂ, 5 eyes, ਅਤੇ ਇਹ ਇੱਕ ਦੂਜੇ ਦੀ ਇਨਫੋਰਮੇਸ਼ਨ ਆਪਸ 'ਚ ਕ੍ਰੋਸ ਚੈੱਕ ਕਰਦੇ ਹੈ। ਤੁਸੀਂ ਆਸਟ੍ਰੇਲੀਆ ਵੀਜ਼ਾ ਅਪਲਾਈ ਕਰ ਲਓਗੇ ਅਤੇ ਕੈਨੇਡਾ ਨੂੰ ਪਤਾ ਹੈ ਕਿ ਤੁਸੀਂ ਕੀ ਕਰਕੇ ਆਏ ਆਸਟ੍ਰੇਲੀਆ, ਇੰਗਲੈਂਡ ਅਗਰ ਅਪਲਾਈ ਕੀਤਾ ਤਾਂ ਅਮੈਰੀਕਾ ਨੂੰ ਪਤਾ ਹੈ, ਆਪਸ 'ਚ ਸਾਰੇ ਦੇ ਇਹਨਾਂ ਦਾ ਗਰੁੱਪ ਹੈ, ਇੱਕ ਦੂਜੇ ਦੀ ਇਨਫੋਰਮੇਸ਼ਨ ਨੂੰ ਕ੍ਰੋਸ ਚੈੱਕ ਕਰਕੇ ਵੈਰੀਫਾਈ ਕਰਦੇ ਹੈ। ਸਰ ਜਦੋਂ ਮੈਂ ਫਾਈਲ ਲਾਉਣੀ ਸੀ ਇੱਥੇ ਜਿੰਨੇ ਵੀ ਲੋਕ ਸੀ, ਜਿੰਨੇ ਵੀ ਸੀ, ਸਾਰਿਆਂ ਨੇ ਮੈਨੂੰ ਇਹੀ ਕਿਹਾ ਸੀ ਤੂੰ ਪੁਰਾਣੇ ਕੇਸ ਨੂੰ ਕਿੱਥੇ ਲੈ ਕੇ ਬੈਠਾ, ਤੂੰ ਫਾਈਲ ਅਪਲਾਈ ਕਰ, ਕੁਛ ਕਰ, ਉਹ ਇੰਨਾ ਪੁਰਾਣਾ ਕਿਹਨੂੰ ਪਤਾ 2010 'ਚ ਕੀ ਹੋਇਆ ਸੀ।
ਉਦੋਂ ਤੁਸੀਂ ਮੈਨੂੰ ਕਿਹਾ ਸੀ ਕਿ 2010 ਭਾਵੇਂ ਮੈਂ ਕਿਹਾ ਵੀ ਮੈਨੂੰ ਮੈਂ ਤੁਹਾਨੂੰ ਕਿਹਾ ਸਰ ਮੈਨੂੰ 8 ਸਾਲ ਹੋ ਗਏ ਆ ਉਸ ਕੇਸ ਨੂੰ, ਤੁਸੀਂ ਮੈਨੂੰ ਕਿਹਾ ਸੀ ਭਾਵੇਂ 800 ਸਾਲ ਹੋ ਜਾਏ ਉਹਨਾਂ ਦੇ ਕੋਲ ਜਿਹੜਾ ਵਾ ਸਾਰਾ ਰਿਕਾਰਡ ਹੋਏਗਾ ਉਹਨਾਂ ਦੇ ਕੋਲ। ਮੇਰੇ ਖਿਆਲ ਜਿਸ ਤਰ੍ਹਾਂ ਉਹਨੇ ਉਸੇ ਟਾਈਮ ਸਾਡਾ ਚੈੱਕ ਕੀਤਾ ਉਹਦੇ ਕੋਲ ਸਭ ਕੁਛ ਸ਼ੋਅ ਹੋ ਗਿਆ ਹੋਊਗਾ ਉਸ ਟਾਈਮ ਜਿਹੜੇ ਡਾਕੂਮੈਂਟ ਲੱਗੇ, ਜਿਹੜੀ ਉਦੋਂ ਰਿਫਿਊਜ਼ਲ ਲੈਟਰ ਸੀ, ਜੋ ਜੋ ਸੀ ਸਾਰਾ ਕੁਛ ਉਹਦੇ ਕੋਲ ਜਿਹੜਾ ਸੀ ਉਸ ਟਾਈਮ ਸ਼ੋਅ ਹੋ ਗਿਆ। ਤੇ ਉਹਨੇ ਸਾਰੀ ਮੇਰੀ ਹਿਸਟਰੀ ਸੇਵ ਕੀਤੀ, ਉਹਨੇ ਜੋ ਜੋ ਮੈਂ ਬੋਲਿਆ ਸਾਰਾ ਕੁਛ ਉਹਨਾਂ ਟਾਈਪ ਕੀਤਾ। ਤੇ ਹੁਣ ਤੁਸੀਂ ਦੂਸਰੇ ਜਿਹੜੇ ਕੰਸਲਟੈਂਟਾਂ ਨੇ ਤੁਹਾਨੂੰ ਜਿਹੜੇ ਕਿਹਾ ਹੈ ਕਿ ਵੀ ਛੱਡੋ ਉਹਨੂੰ, ਉਸ ਇਨਫੋਰਮੇਸ਼ਨ ਨੂੰ ਦੱਸਣ ਦੀ ਲੋੜ ਨਹੀਂ ਆ, ਤੁਸੀਂ ਲੁਕੋ ਲਓ, ਤੇ ਉਹਨਾਂ ਨੂੰ ਜਵਾਬ ਮਿਲ ਗਿਆ ਨਾ ਕਿ ਕਿ ਬਈ ਭਾਈ ਤੁਸੀਂ ਤਾਂ ਆਪ ਹੁਸ਼ਿਆਰ ਹੋ ਜਾਓ, ਕੁਛ ਵੀ ਗਲਤੀ ਜਾਂ ਕੁਛ ਵੀ ਐਪਲੀਕੇਸ਼ਨ, ਕੁਛ ਵੀ ਕਮਿਊਨੀਕੇਸ਼ਨ ਤੁਸੀਂ ਐਮਬੈਸੀ ਨਾਲ ਕਰਦੇ ਹੋ, ਉਹ ਸਾਰਾ ਉਹਨਾਂ ਦੇ ਸਿਸਟਮ ਵਿੱਚ ਰਿਕਾਰਡ ਹੋ ਜਾਂਦਾ ਹੈ। ਇਹ ਉਸ ਚੀਜ਼ ਤੋਂ ਤੁਸੀਂ ਜ਼ਿੰਦਗੀ ਭਰ ਬਚ ਨਹੀਂ ਸਕਦੇ, ਇਨ ਯੋਰ ਲਾਈਫ ਟਾਈਮ, ਅਗਲੇ 100 ਸਾਲ ਤੱਕ ਤਾਂ ਬਚ ਸਕਦੇ ਹੀ ਨਹੀਂ ਹੋ। ਸੋ ਹੁਣ ਜਦ ਤੁਸੀਂ ਅਗਰ ਜੇ ਕੈਨੇਡਾ ਕਦ ਜਾਓਗੇ, ਇਹ ਸਾਰੀ ਇਨਫੋਰਮੇਸ਼ਨ ਕੰਟੀਨਿਊ ਰਹੇਗੀ ਇਨ ਫਿਊਚਰ, ਜਦ ਵੀ ਤੁਸੀਂ ਕੋਈ ਹੋਰ ਵੀਜ਼ਾ ਜਾਂ ਹੋਰ ਕੋਈ ਬੈਨੀਫਿਟ ਜਾਂ ਹੋਰ ਕੋਈ ਇਮੀਗ੍ਰੇਸ਼ਨ ਦੀ ਕੋਈ ਐਪਲੀਕੇਸ਼ਨ ਦੀ ਅਰਜ਼ੀ ਦਿਓਗੇ, ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਅਟੈਚ ਰਹੇਗੀ, ਜਿਸ ਤਰ੍ਹਾਂ ਕਿ ਵੀ ਹਟ ਨਹੀਂ ਸਕਦੀ। ਸੋ ਐਨੀਵੇ, ਸੋ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਥੈਂਕ ਯੂ ਵੈਰੀ ਮੱਚ, ਫਿਰ ਉਹਦੇ ਬਾਅਦ ਕੀ ਇੰਟਰਪ੍ਰੀਟਰ ਸਾਹਿਬ ਦਾ ਕੀ ਰਵੱਈਆ ਸੀ ਉਧਰ, ਕੀ ਉਹਨਾਂ ਦੇ ਹੋਸ਼ ਹਵਾਸ ਸੀ, ਕਿਸ ਤਰ੍ਹਾਂ ਕਹਿ ਰਹੇ ਸੀ ਉਹ? ਇੰਟਰਪ੍ਰੇਟਰ ਨੂੰ ਜ਼ਿਆਦਾ, ਇੰਟਰਪ੍ਰੇਟਰ ਨੂੰ ਮੈਨੂੰ ਲੱਗਾ ਕਿ ਉਹਨੀ ਇੰਗਲਿਸ਼ ਇੰਟਰਪ੍ਰੇਟਰ ਨੂੰ ਆਉਂਦੀ ਜਿੰਨੀ ਮੈਨੂੰ ਆਉਂਦੀ। ਫਿਰ ਵੀ ਪੈਸੇ ਆਪਣੀ ਦਿਹਾੜੀ ਲੈ ਗਏ ਆ, ਕਿੰਨੇ ਪੈਸੇ ਲੈ ਗਏ ਹੋ? 3000 ਲਿਆ ਸਰ। 3000, ਦੇਖੋ ਇਹ ਸੁੱਕੀ ਕਮਾਈ ਹੈ। 3 ਅਗਰ ਅਗਰ ਦਿਹਾੜੀ ਵਿੱਚ 2 ਵੀ ਇੰਟਰਵਿਊ ਕਰ ਲਿਆ ਉਹਨਾਂ ਨੇ, ਇੱਕ ਸਵੇਰੇ ਇੱਕ ਦੁਪਹਿਰੇ ਕਰ ਲਿਆ, ਤੇ 6000 ਰੁਪਏ ਦਿਹਾੜੀ ਦੇ ਹੋ ਗਏ, ਬਹੁਤ ਅੱਛੀ ਕਮਾਈ ਹੈ ਦਿੱਲੀ ਵਿੱਚ 6000 ਰੁਪਏ ਰੋਜ਼। ਇਹਦੇ ਵਿੱਚ ਇੱਕ ਗੱਲ ਹੈਗੀ ਆ ਵੀ ਚਲੋ ਇੰਟਰਪ੍ਰੀਟਰ ਲੈ ਕੇ ਜ਼ਰੂਰ ਜਾਓ, ਜੇ ਮਤਲਬ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਜੇ ਲੈ ਜਾਓ, ਪਰ ਕੋਸ਼ਿਸ਼ ਕਰੋ ਤੁਸੀਂ ਜਿੰਨੀ ਗੱਲ ਆਪਾਂ ਸਿੱਧੀ ਆਪਣਾ ਮੈਸੇਜ ਉਹਨਾਂ ਤੱਕ ਕਨਵੇ ਕਰ ਸਕਦੇ, ਆਪ ਆਪਾਂ ਨੂੰ ਗੱਲ ਕਰਨੀ ਚਾਹੀਦੀ। ਸਰ ਜੀ ਤੁਸੀਂ ਤਾਂ ਦੇਖੋ ਇਸ ਤਰ੍ਹਾਂ ਇੰਟਰਪ੍ਰੀਟਰ ਦੇ ਬਾਰੇ ਮੈਂ ਆਪਣਾ ਆਪਣਾ ਐਟੀਟਿਊਡ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਇੱਥੇ ਤਾਂ ਤੁਸੀਂ ਦੇਖੋ ਹਾਈ ਕਮਿਸ਼ਨ ਹੈ ਨਾ, ਇੱਥੇ ਤੁਸੀਂ ਇੰਟਰਪ੍ਰੀਟਰ ਲੱਗੇਗਾ। ਇੰਟਰਪ੍ਰੀਟਰ ਦਾ ਕੰਮ ਹੈ ਬਿਲਕੁਲ ਇੱਕ ਇੱਕ ਨਿਊਟਰਲ ਓਬਜ਼ਰਵਰ ਕਰਕੇ ਉਹਨਾਂ ਨੇ ਟਰਾਂਸਲੇਟ ਕਰਨਾ ਹੈ, ਇੱਧਰ ਤੋਂ ਉੱਧਰ, ਉੱਧਰ ਤੋਂ ਇੱਧਰ ਟਰਾਂਸਲੇਟ ਕਰਨਾ। ਮੈਂ ਤਾਂ ਸਰ ਜੀ ਮੈਂ ਤਾਂ ਇੰਟਰਪ੍ਰੀਟਰ ਦਾ ਜਿਹੜੇ ਜਿਹੜੇ ਕਾਰਨਾਮੇ ਇੱਥੇ ਕੈਨੇਡਾ ਦੇਖ ਚੁੱਕਿਆ। ਕੈਨੇਡਾ ਵਿੱਚ ਵੀ ਜਦ ਇਮੀਗ੍ਰੇਸ਼ਨ ਕੋਰਟ ਹੈ ਨਾ, ਇਮੀਗ੍ਰੇਸ਼ਨ ਰਿਫਿਊਜੀ ਬੋਰਡ ਹੈ, ਜਦ ਹਾਈ ਅਪੀਲ ਹੁੰਦੀਆਂ, ਜੱਜ ਦੇ ਸਾਹਮਣੇ ਅਪੀਲਾਂ ਹੁੰਦੀਆਂ, ਉਸ ਵਕਤ ਵੀ ਇੰਟਰਪ੍ਰੀਟਰ ਯੂਜ਼ ਕਰਦੇ ਹਨ। ਅਤੇ ਮੇਰਾ ਐਕਸਪੀਰੀਅੰਸ ਰਿਹਾ ਹੈ, ਜਦ ਵੀ ਮੈਂ ਇੰਟਰਪ੍ਰੀਟਰ ਨੂੰ ਬੁਲਾਇਆ ਆਪਣੇ ਕਲਾਇੰਟ ਲਈ, ਅਤੇ ਇੰਟਰਪ੍ਰੀਟਰ ਦੇ ਹੋਣ ਕਰਕੇ ਉਹਨਾਂ ਦਾ ਕੰਮ ਕਦੇ ਹੋਇਆ ਨਹੀਂ, ਕਦੇ ਪਾਸ ਹੀ ਨਹੀਂ ਹੋਇਆ, ਕਿਉਂਕਿ ਇੰਟਰਪ੍ਰੀਟਰ ਆਪਣੇ ਦਿਮਾਗ ਉਹਦੇ ਵਿੱਚ ਇੰਟਰਫੇਅਰ ਕਰਦਾ ਹੈ, ਆਪਣੀ ਲੈਂਗੁਏਜ ਯੂਜ਼ ਕਰਦਾ ਹੈ, ਆਪਣੇ ਵਰਡਸ ਯੂਜ਼ ਕਰਦਾ ਹੈ, ਆਪਣੇ ਇਮੋਸ਼ਨਸ ਯੂਜ਼ ਕਰਦਾ ਹੈ। ਉਹ ਇੱਕ ਜਿਸ ਤਰ੍ਹਾਂ ਮਹਾਂਗਠਬੰਧਨ ਦਾ ਕੰਮ ਨਹੀਂ ਚੱਲਿਆ ਨਾ, ਉੱਦਾਂ ਹੀ ਮਹਾਂਮਿਲਾਵਟ ਕਰਕੇ ਇਹ ਵੀ ਕੰਮ ਨਹੀਂ ਹੁੰਦਾ। ਹਾਂਜੀ ਹਾਂਜੀ ਸਰ। ਸਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ, ਜਿਹੜੀ ਆਪਾਂ ਆਪਣੇ ਕੇਸ ਦੇ ਵਿੱਚ ਜਿਹੜੀ ਆਪਾਂ ਕੋਲ ਕੇ ਸਾਹਮਣੇ ਆਈ ਸੀ, ਜਦੋਂ ਆਪਾਂ ਕੈਪਸ ਨੋਟ ਅਪਲਾਈ ਕੀਤੇ ਸੀ GCMS ਫਸਟ ਟਾਈਮ, ਤੁਸੀਂ 1 ਮਹੀਨੇ ਬਾਅਦ ਉਹ ਆ ਗਏ, ਤੁਸੀਂ ਮੈਨੂੰ ਉਹ ਸੈਂਡ ਕੀਤੇ, ਉਹਦੇ ਮੇਰੇ ਖਿਆਲ 40 ਪੇਜ ਸੀ ਉਹਦੇ ਪੂਰੇ ਟੋਟਲ, ਬਸ ਕੱਲਾ ਕੱਲਾ ਪੇਜ ਪੜਿਆ ਸਾਰਾ। ਉਹਦੇ ਵਿੱਚ ਜਿਹੜੀ ਮੇਰਾ ਕ੍ਰੀਏਟਿਡ ID ਸੀ ਅੰਬੈਸੀ ਦੀ, ਮਤਲਬ ਆਪਣੇ ਜਿਸ ਤਰ੍ਹਾਂ ਮੈਂ ਇੱਥੇ ਦੱਸਣਾ ਚਾਹੂੰਗਾ ਸਾਰਿਆਂ ਨੂੰ ਕਿ ਜਿਸ ਤਰ੍ਹਾਂ ਆਪਾਂ ਕਿਸੇ ਬੈਂਕ ਦੇ ਵਿੱਚ ਅਕਾਊਂਟ ਖੋਲ ਲੈਂਦੇ ਹਾਂ, ਉਹ ਚ ਟ੍ਰਾਂਜੈਕਸ਼ਨ ਹੁੰਦੀਆਂ ਬਾਰ 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 ਬਾਰ, ਪਰ ਅਕਾਊਂਟ ਤਾਂ ਇੱਕੋ ਹੀ ਰਹਿੰਦਾ, ਸਾਡੀ ਪਾਸਬੁੱਕ ਦੇ ਉੱਪਰ ਸਾਰਾ ਸਾਡੀ ਸਟੇਟਮੈਂਟ ਦੇ ਵਿੱਚ ਸਾਰਾ ਸੇਵ ਹੁੰਦਾ, ਇਸ ਟਾਈਮ ਤੁਸੀਂ ਇੰਨੇ ਪੈਸੇ ਕਢਾਏ। ਉਸੇ ਤਰ੍ਹਾਂ ਅੰਬੈਸੀ ਦੇ ਵਿੱਚ ਹੁੰਦਾ, ਇਹ ਮੈਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਜਦੋਂ ਆਪਾਂ ਆਹ ਫਾਈਲ ਲਾਂਚ ਕੀਤੀ, ਹੁਣ ਆਪਾਂ ਫਾਈਲ ਲਾਈ, ਉਹਦੀ ਜਿਹੜੀ ਕ੍ਰੀਏਟਿਡ ID ਸੀ ਉਹ January 2011 ਦੀ ਸ਼ੋਅ ਹੋ ਰਹੀ ਸੀ, ਜਦੋਂ ਮੇਰੇ ਕੰਸਲਟੈਂਟ ਨੇ ਮੇਰੀ ਫਾਈਲ ਜਿਹੜੀ ਆ ਉੱਥੇ ਸਬਮਿਟ ਕਰਵਾਈ, ਮਤਲਬ ਉਸੇ ਅਕਾਊਂਟ ਦੇ ਵਿੱਚ ਹੀ ਇਹ ਮੇਰੀ ਫਾਈਲ ਸਿੱਧੀ ਆਟੋਮੈਟਿਕਲੀ ਉੱਥੇ ਪਹੁੰਚ ਗਈ। ਬਿਲਕੁਲ, ਯੂ ਆਰ ਐਬਸੋਲੂਟਲੀ ਰਾਈਟ। ID ਤੁਹਾਡੀ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਡੇਟਾਬੇਸ ਹੈ ਨਾ, ਇਮੀਗ੍ਰੇਸ਼ਨ ਦਾ ਡੇਟਾਬੇਸ, ਭਾਵੇਂ ਕੈਨੇਡਾ ਹੋ ਜਾਂ ਹਾਈ ਕਮਿਸ਼ਨ ਹੋ, ਤੁਹਾਡੇ ਡੇਟਾਬੇਸ ਵਿੱਚ ਸੇਮ ID, ਸੇਮ ਆਈਡੈਂਟੀਫਿਕੇਸ਼ਨ ਉਹੀ ਕੰਟੀਨਿਊ ਰਹੇਗੀ ਟਿਲ ਦਾ ਟਾਈਮ ਜਦ ਤੱਕ ਤੁਹਾਡਾ ਜਿਹੜਾ ਪੂਰਾ ਸਿਟੀਜ਼ਨ ਬਣ ਕੇ ਜਦ ਤੱਕ ਤੁਸੀਂ ਪਾਸ ਨਹੀਂ ਹੋ ਲੈਂਦੇ, ਸਭ ਹਮੇਸ਼ਾ ID ਤੁਹਾਡੀ ਉੱਥੇ ਹੀ ਰਹੇਗੀ। ਉਹਦੇ ਹੇਠਾਂ ਜਿਹੜੇ ਪੇਜ ਚੇਂਜ ਹੋ ਜਾ ਰਹੇ, ਕਦੇ ਵੀਜ਼ਾ ਲੱਗ ਗਿਆ, ਕਦੇ PR ਹੋ ਗਿਆ, ਕਦੇ ਸਿਟੀਜ਼ਨ ਹੋ ਗਿਆ, ਲੇਕਿਨ ID ਇਜ਼ ਆਲਵੇਜ਼ ਦ ਸੇਮ। ਯੂ ਆਰ ਐਬਸੋਲੂਟਲੀ ਰਾਈਟ। ਤੇ ਫਿਰ ਉਹਦੇ ਬਾਅਦ ਫਿਰ ਗੁਰਪ੍ਰੀਤ ਨਾਲ ਗੱਲਬਾਤ ਕੋਈ ਹੋਈ ਕਿ ਨਹੀਂ? ਨਹੀਂ, ਉਹਨਾਂ ਨੇ ਸਰ ਗੁਰਪ੍ਰੀਤ ਨੂੰ ਕੁਛ ਨਹੀਂ ਪੁੱਛਿਆ, ਗੁਰਪ੍ਰੀਤ ਨੇ ਇੱਕ ਦੋ ਆਨਸਰ ਮਤਲਬ ਖੁਦ ਹੀ ਵਿੱਚ ਗੱਲ ਕੀਤੀ। ਬਾਕੀ ਮੈਂ ਉਸ ਜਿੰਨਾਂ ਦੀ ਇੰਟਰਵਿਊ ਆਈ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੂੰਗਾ ਕਿ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ, ਇਹ ਨਹੀਂ ਕਿ ਉਹਨਾਂ ਨੇ ਤੁਹਾਡੇ ਕੋਲ ਡਾਕੂਮੈਂਟ ਮੰਗਿਆ ਤੇ ਤੁਹਾਡੇ ਹੱਥ ਕੰਬੀ ਜਾ ਰਹੇ ਜਾਂ ਤੁਸੀਂ ਜਲਦੀ ਜਲਦੀ ਇਹਨੂੰ ਕੱਢਣ ਦੀ ਕੋਸ਼ਿਸ਼ ਕਰਦੇ, ਨੋ ਪ੍ਰੋਬਲਮ,
ਤੁਹਾਨੂੰ ਪੂਰਾ ਟਾਈਮ ਦੇਣਗੇ ਕਿਉਂਕਿ ਉਸ ਟਾਈਮ ਉਹ ਖੁਦ ਬੜੇ ਬਿਜ਼ੀ ਹੁੰਦੇ ਟਾਈਪ ਕਰਨ ਦੇ ਵਿੱਚ, ਤੁਹਾਨੂੰ ਪੂਰਾ ਟਾਈਮ ਮਿਲਦਾ ਆ। ਤੁਸੀਂ ਜੇ ਤੁਹਾਡਾ ਡਾਕੂਮੈਂਟ ਨਹੀਂ ਲੱਭ ਰਿਹਾ ਤੁਹਾਡੀ ਫਾਈਲ ਦੇ ਵਿੱਚ, ਬੜੇ ਆਰਾਮ ਨਾਲ ਤੁਸੀਂ ਲੱਭ ਸਕਦੇ ਜੇ ਤੁਸੀਂ ਆਪਣੀ, ਜਿਸ ਤਰ੍ਹਾਂ ਤੁਸੀਂ ਦੱਸਿਆ ਜੇ ਆਪਣੀ ਇੰਟਰਵਿਊ ਨੂੰ ਖੁਦ ਕੰਟਰੋਲ ਕਰ ਸਕਦੇ, ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਦਿਓ ਕਿ ਨਵਾਂ ਕੁਐਸਚਨ ਤਾਂ ਉਹਦੇ ਵਿੱਚੋਂ ਹੀ ਕਰੇ ਤੁਹਾਨੂੰ, ਠੀਕ ਆ ਆ ਤੂੰ ਦੱਸਿਆ ਆ ਹੋਇਆ ਇਹ ਕਿਸ ਤਰ੍ਹਾਂ ਹੋਇਆ ਸੀ। ਬਾਕੀ ਜਦੋਂ ਤੁਸੀਂ ਸੱਚੇ ਹੁੰਦੇ ਜੇ ਉਦੋਂ ਤੁਹਾਡੇ ਕੌਨਫੀਡੈਂਸ ਹੀ ਹੋਰ ਹੁੰਦਾ ਆ ਕਿ ਉਹ ਜਿਹੜੇ ਸੱਚੇ ਬੰਦੇ ਉਹਨਾਂ ਨੂੰ ਤਾਂ ਡਰਨ ਦੀ ਲੋੜ ਹੀ ਨਹੀਂ। ਉਹ ਮੈਨੂੰ ਤਾਂ ਇਹ ਵੀ ਲੱਗਾ ਸੀ ਕਿ ਜੇ ਉਹ ਕਿਸੇ ਨੂੰ ਉਹ ਮਨਾ ਕਰਦੇ ਆ ਤੇ ਉੱਥੇ ਉਹ ਆਪਣੀਆਂ ਦਲੀਲਾਂ ਵੀ ਦੇ ਸਕਦਾ, ਉਹ ਇਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਉਹ ਬਿਹੇਵੀਅਰ ਹੁੰਦਾ ਤੁਹਾਡੇ ਨਾਲ ਉਸ ਟਾਈਮ। That's right. ਅਗਰ ਤੁਸੀਂ ਕੋਈ ਵੀ ਇੰਡੀਅਨ ਗਵਰਨਮੈਂਟ ਦਾ ਕੋਈ ਅਗਰ ਜੋਬ ਅਪਲਾਈ ਕਰਦੇ ਹੋ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਇੰਟਰਵਿਊ ਹੁੰਦਾ ਹੈ ਇੰਡੀਅਨ ਕੰਟੈਕਸਟ ਵਿੱਚ ਕਰਦੇ, ਉੱਥੇ ਤੁਹਾਨੂੰ ਇੰਨੀ ਗੁੰਜਾਇਸ਼ ਗੱਲਬਾਤ ਕਰਨ ਦੀ ਜਾਂ ਦਲੀਲ ਦੇਣ ਦੀ ਜਾਂ ਆਪਣਾ ਕੋਈ ਪੱਖ ਸਮਝਾਉਣ ਦੀ ਤੁਹਾਨੂੰ ਇੰਨੀ ਤੁਹਾਨੂੰ ਤੁਹਾਨੂੰ ਅਪਰਚੁਨਿਟੀ ਨਹੀਂ ਮਿਲਦੀ ਜੇ ਜਿੰਨੀ ਤੁਹਾਨੂੰ ਇੱਥੇ ਮਿਲੀ ਹੈ ਐਕਚੁਲੀ, ਇਫ ਯੂ ਕੈਨ ਰਿਅਲਾਈਜ਼ ਦੈਟ। ਹਾਂਜੀ ਸਰ, ਉਹਨਾਂ ਨੇ ਅਦਰ ਕੋਈ ਹੋਰ ਮੇਰੇ ਕੋਲ, ਮੈਂ ਦੱਸਣਾ ਚਾਹੂੰ ਮੈਂ ਪਤਾ ਨਹੀਂ ਕਿੰਨਾ ਕੁ ਸਮਾਨ ਨਾਲ ਲੈ ਕੇ ਗਿਆ ਸੀ, ਇੱਕ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਸ਼ਾਇਦ ਪਤਾ ਨੀ ਕੋਈ ਸੋਚਦਾ ਵੀ ਨੀ ਕਿ ਇਹ ਚੀਜ਼ ਵੀ ਖੜਨੀ ਆਪਾਂ ਨਾਲ ਜਾਂ ਇਹ ਡਾਕੂਮੈਂਟ ਵੀ ਲੈ ਕੇ ਜਾਣਾ। ਪਰ ਉਹਨਾਂ ਨੇ ਮੇਰੇ ਕੋਲੋਂ ਸਿਰਫ ਫੋਟੋਗ੍ਰਾਫਸ ਮੰਗੀਆਂ ਤੇ ਜਿਹੜੀਆਂ ਉਹ ਮੇਲ ਪ੍ਰਿੰਟ ਕੀਤੀਆਂ ਸੀ ਉਹ ਅਸੀਂ ਖੁਦ ਕਿਹਾ ਕਿ ਸਾਡੇ ਕੋਲ ਹੈਗੀਆਂ ਤੇ ਉਹਨਾਂ ਨੇ ਕਿਹਾ ਸੀ ਦਿਖਾ ਦਿਓ। ਇਸ ਤੋਂ ਇਲਾਵਾ ਸਿਰਫ ਉਹਨਾਂ ਸਾਡੇ ਪਾਸਪੋਰਟ ਚੈੱਕ ਕੀਤੇ, ਹੋਰ ਨਾ ਉਹਨਾਂ ਨੇ ਕੋਈ ਮਤਲਬ ਉੱਧਰੋਂ ਟਰਾਂਸਕ੍ਰਿਪਟ ਵਗੈਰਾ ਕੁਛ ਵੀ ਇਸ ਤਰ੍ਹਾਂ ਦਾ, ਨਾ ਅਟੈਂਡੈਂਸ ਲੈਟਰ, ਨਾ ਇਨਰੋਲਮੈਂਟ ਲੈਟਰ, ਕੁਛ ਨੀ ਉਹਨਾਂ ਨੇ ਦੇਖਿਆ। ਇਹ ਨੀ ਮੈਂ ਕਹੂੰਗਾ ਕਿ ਇਹ ਦੂਜਿਆਂ ਚ ਨਹੀਂ ਦੇਖਣਗੇ, ਕਈਆਂ ਦੇ ਉਹ ਦੇਖਦੇ ਵੀ ਆ। ਮੇਰੇ ਕੇਸ ਚ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਕੇਸ ਚ ਇਹਨਾਂ ਨੇ। ਇਹਦਾ ਐਗਜ਼ਾਮਪਲ ਤੇ ਇਸ ਤਰ੍ਹਾਂ ਹੈ ਕਿ ਜਦ ਤੁਸੀਂ ਐਗਜ਼ਾਮੀਨੇਸ਼ਨ ਅਪੀਅਰ ਕਰਦੇ ਹੋ ਨਾ ਕਾਲਜ ਦਾ, ਯੂਨੀਵਰਸਿਟੀ ਦਾ ਐਗਜ਼ਾਮੀਨੇਸ਼ਨ, ਤੁਸੀਂ ਸਾਰੀ ਕਿਤਾਬਾਂ ਪੜ੍ਹ ਲਈ, ਸਭ ਕੁਝ ਇੰਪੋਰਟੈਂਟ ਕੁਐਸਚਨ ਤੁਸੀਂ ਛਾਣ ਲਏ, ਫਿਰ ਤੁਸੀਂ ਕੌਨਫੀਡੈਂਟ ਹੋ ਜਾਂਦੇ ਭਾਵੇਂ ਜੋ ਮਰਜ਼ੀ ਕੁਐਸਚਨ ਆ ਜਾਏ ਆਪਾਂ ਤਿਆਰ ਹੈ। ਉਸ ਤਰ੍ਹਾਂ ਹੀ ਇਹ ਹੈ, ਸਾਰਾ ਸਮਾਨ ਤੁਹਾਡੇ ਕੋਲ ਆਲਰੇਡੀ ਹੈ, ਫੋਟੋਗ੍ਰਾਫ ਵਾਲਾ, ਚੈਟ ਹਿਸਟਰੀ ਵਾਲਾ, ਸਭ ਕੁਝ ਤੁਹਾਡੇ ਕੋਲ ਆਲਰੇਡੀ ਹੈ। ਅਗਲੇ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਕੋਲ ਸਮਾਨ ਹੈ, ਸਾਰਾ ਸਾਰਾ ਖਲੋਰ ਪਲੋਰ ਕਰਨ ਦੀ ਲੋੜ ਨਹੀਂ ਪੈਂਦੀ, ਮਤਲਬ ਕਿ ਦੇ ਨੋ ਕਿ ਇਹਦੇ ਕੋਲ ਸਮਾਨ ਹੈ, ਆਪਾਂ ਜੋ ਵੀ ਮੰਗਾਂਗੇ ਉਹ ਸਭ ਆਲਰੇਡੀ ਅਵੇਲੇਬਲ ਹੈ। ਇਸ ਕਰਕੇ ਫਿਰ ਉਹ ਦੇਖਣ ਦੀ ਲੋੜ ਨਹੀਂ ਪੜਦੀ। ਇਮੈਜਿਨ ਕਿ ਤੁਹਾਡੇ ਕੋਲ ਅਗਰ ਕੁਛ ਵੀ ਨਹੀਂ ਹੈ, ਕਈ ਵਾਰ ਮੇਰੇ ਕੋਲ ਇਸ ਤਰ੍ਹਾਂ ਦੇ ਕਲਾਇੰਟ ਵੀ ਆਏ ਜਿਹੜੇ ਉਹ ਮੈਨੂੰ ਇਹ ਕਹਿ ਗਿਆ ਕਿ ਵੀ ਅਸੀਂ ਤਾਂ ਕੁਛ ਲੈ ਕੇ ਨਹੀਂ ਗਏ ਕਿਉਂਕਿ ਮੇਰੀ ਤੇ ਜੋ ਫੋਟੋਗ੍ਰਾਫ ਸੀ ਉਹ ਸਰ ਪੈਨ ਡਰਾਈਵ ਵਿੱਚ ਸੀ, ਪੈਨ ਡਰਾਈਵ ਬਾਹਰ ਰੱਖਵਾ ਲਈ ਤੇ ਮੈਂ ਤੇ ਖਾਲੀ ਬੈਠਾ ਸੀ ਤੇ ਉਹ ਫਿਰ ਉਹਨਾਂ ਨੇ ਦੱਸੋ ਕਿ ਅਗਰ ਕੋਈ ਅਗਰ ਜਦ ਦੇਖਿਆ ਕਿ ਹੱਥ ਹੀ ਖਾਲੀ, ਅਗਰ ਜੇ ਪੁੱਛ ਵੀ ਲਿਆ ਤੇ ਯੂ ਹੈਵ ਨਥਿੰਗ ਟੂ ਸ਼ੋ, ਸੋ ਉਹਦੇ ਕਰਕੇ ਕਾਨਫਰੰਸ ਫਿਰ ਉਹ ਖਤਮ ਹੋ ਜਾਂਦਾ ਕੰਮ। ਚਲੋ ਐਨੀਵੇ ਤੇ ਫਿਰ ਉਹਦੇ ਬਾਅਦ ਉਹਨਾਂ ਨੇ ਬਾਏ ਬਾਏ ਕਰਕੇ ਫਿਰ ਆ ਗਏ ਬਾਹਰ। ਹਾਂਜੀ ਸਰ, ਫਿਰ ਅਸੀਂ ਬਾਹਰ ਆ ਗਏ, ਫਿਰ ਉੱਥੋਂ ਸਿੱਧਾ ਹੀ ਅਸੀਂ ਮਤਲਬ ਬਾਹਰ ਐਗਜ਼ਿਟ ਤੇ ਆ ਗਏ, ਉੱਥੋਂ ਅਸੀਂ ਬਾਹਰ। ਉਸ ਤੋਂ ਬਾਅਦ ਸਾਡਾ ਉਹਨਾਂ ਦੇ ਅਫੀਸ਼ੀਅਲਸ ਦੇ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋਈ, ਅਸੀਂ ਸਿੱਧੇ ਬਾਹਰ ਹੀ ਆਏ। ਮੈਨੂੰ ਪੂਰਾ ਲੱਗ ਰਿਹਾ ਸੀ ਕਿ ਉਹ ਰਿਫਿਊਜ਼ ਹੋ ਚੁੱਕਿਆ ਜਿਤਨਾ ਸੀ, ਉਸ ਤੋਂ ਪਹਿਲਾਂ ਜਿਹੜਾ ਲੜਕਾ ਸੀ ਉਹਦੀ ਅੱਧਾ ਘੰਟਾ ਹੋਈ ਸੀ। ਤੇ ਫਿਰ ਇਮੀਡੀਏਟਲੀ ਪੰਜਾਬ ਨੂੰ ਆ ਗਏ, ਦਿੱਲੀ ਦਰਸ਼ਨ ਕੀਤਾ ਕੁਛ? ਨਹੀਂ ਸਰ, ਦਿੱਲੀ ਦਰਸ਼ਨ ਨਹੀਂ ਕੀਤਾ, ਦਿੱਲੀ ਨਾਲੋਂ ਸਾਡਾ ਅੰਮ੍ਰਿਤਸਰ ਬੜਾ ਸੋਹਣਾ, ਮੈਂ ਦੇਖ ਲਿਆ ਤੁਹਾਡਾ ਇੰਟਰਵਿਊ ਹੋਇਆ 2:30 ਵਜੇ, ਮੇਰੇ ਖਿਆਲ ਹੈ ਕਿ 15-20 ਮਿੰਟ ਤੁਸੀਂ ਫਾਰਿਗ ਹੋ ਗਏ 3 ਵਜੇ। ਮੈਨੂੰ ਐਮਬੈਸੀ ਤੋਂ ਮੈਸੇਜ ਆ ਗਿਆ ਸੀ ਵਿਦਿਨ 30 ਮਿੰਟਸ, ਵਿਦਿਨ ਹਾਫ ਐਨ ਆਵਰ ਐਮਬੈਸੀ ਤੋਂ ਮੈਸੇਜ ਆ ਗਿਆ ਸੀ। ਹਾਂਜੀ ਸਰ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਸਿਰਫ ਜਸਟ ਚੈੱਕ ਕਰਨਾ ਇੱਕ ਵਾਰ, ਬਾਕੀ ਅਸੀਂ ਸੈਟੀਸਫਾਈਡ ਹਾਂ ਤੇ ਤੁਸੀਂ ਮਤਲਬ ਮੈਂ ਜਿਹੜਾ ਆਪਣਾ ਡਿਸੀਜਨ ਆ ਉਥੋਂ। ਸਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੂ, ਅਸੀਂ ਜਦੋਂ ਅੰਬੈਸੀ ਤੋਂ ਬਾਹਰ ਆਏ ਨਾ ਉੱਥੇ ਬੈਗਰ ਸੀ, ਭਿਖਾਰੀ ਸੀ, ਉਹ ਲੇਡੀ ਸੀ, ਉਹ ਮੈਨੂੰ ਕਹਿੰਦੀ ਮੈਨੂੰ ਵਧਾਈ ਦੇ ਕੇ ਜਾ, ਤੇ ਮੈਂ ਕਿਹਾ ਕਿ ਮੈਂ ਤੈਨੂੰ ਵਧਾਈ ਕਾਹਦੀ ਦੇਵਾਂ, ਮੈਨੂੰ ਤਾਂ ਮੇਰਾ ਡਿਸੀਜਨ ਹੀ ਨਹੀਂ ਪਤਾ। ਕਹਿੰਦੀ ਉਹਨਾਂ ਨੇ ਤੈਨੂੰ ਸੋਰੀ ਕਿਹਾ? ਮੈਂ ਕਿਹਾ ਨਹੀਂ, ਉਹਨਾਂ ਮੈਨੂੰ ਸੋਰੀ ਨਹੀਂ ਕਿਹਾ। ਕਹਿੰਦੀ ਫਿਰ ਤੇਰਾ ਵੀਜ਼ਾ ਲੱਗ ਗਿਆ, ਤੈਨੂੰ ਮੇਲ ਜਾਣੀ ਆ। ਦੇਖੋ ਭਿਖਾਰੀਆਂ ਨੂੰ ਵੀ ਪਤਾ ਹੈ ਅੰਦਰ ਕੀ ਹੋ ਰਿਹਾ, ਕਿੱਦਾਂ ਦੀ ਲੈਂਗੁਏਜ ਕਰ ਰਹੇ ਤੇ ਲੱਗਣਾ। ਮੈਂ ਕਿਹਾ ਕਿ ਨਹੀਂ, ਆਂਦੀ ਉੱਥੇ ਦੱਸ ਦਿੰਦੇ ਆ ਕਿ ਜੇ ਤੈਨੂੰ ਉਹਨੇ ਸੋਰੀ ਕਹਿ ਦੇਣਾ ਸੀ ਕਿ ਤੇਰਾ ਵੀਜ਼ਾ ਰਿਫਿਊਜ਼ ਆ, ਜੇ ਉਹਨੇ ਤੈਨੂੰ ਕਿਹਾ ਵਾ ਕਿ ਮੈਂ ਮੇਲ ਕਰਕੇ ਦੱਸੂ, ਫਿਰ ਤੇਰਾ ਹੁਣ ਵੀਜ਼ਾ ਹੀ ਲੱਗਣਾ ਤੇ ਤੂੰ ਮੈਨੂੰ ਪੈਸੇ ਦੇ ਕੇ ਜਾ। ਓਏ ਹੋਏ ਹੋਏ, ਆਹ ਦੇਖੋ ਭਿਖਾਰੀਆਂ ਨੂੰ ਵੀ ਪਤਾ ਹੈ ਅੰਦਰ ਦੀ ਆਰਟ, ਆਰਟ ਦੀ ਪਤਾ ਹੈ ਕਿ ਉਹਨਾਂ ਦਾ ਰੋਜ਼ ਐਕਸਪੀਰੀਅੰਸ ਹੈ, ਰੋਜ਼ ਉਹਨਾਂ ਦਾ ਦੇਖ ਰਿਹਾ ਕਿ ਕੀ ਹੋ ਰਿਹਾ। ਹਾਂਜੀ ਹਾਂ, ਦੇਖੋ ਇੱਕ ਐਮਬੈਸੀ ਨੇ ਮੈਨੂੰ ਈਮੇਲ ਕੀਤੀ ਹੈ ਵਿਦਇਨ 30 ਮਿੰਟਸ, ਤੇ ਦੇਖੋ ਤੁਹਾਨੂੰ ਈਮੇਲ ਮੇਰੇ ਵੱਲੋਂ ਕੁਝ ਆਈ ਹੈ? ਆਪਣੀ ਗੁਰਪ੍ਰੀਤ, ਆਪਣੀ ਈਮੇਲ ਖੋਲ ਕੇ ਦੇਖੋ ਜਰਾ।
yes sir, I have that. की लिखा है ईमेल बच देखो खोलो को अटैचमेंट कोई है बाकी सुखमन दे भी ईमेल ते भी किया दोनों दे ईमेल ते मैं किया ईमेल हाँ जी सर सर मैं चेक कर रहा हूँ सर उन्होंने पास पासपोर्ट दे रिक्वेस्ट मंगनी दा मतलब पासपोर्ट दे ओके दा मतलब पासपोर्ट ते वीजा लगेगा वीजा अप्रूव हो चुका है उन्होंने वाह 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 हां जी सर नाल उन्होंने कहा कि ये जड़ी लेटर है ਤੁਸੀ ਗੁਰਪ੍ਰੀਤ ਦੀ ਸ਼ਕਲ ਤੇ ਦਿਖਾਓ ਗੁਰਪ੍ਰੀਤ ਦੀ ਮੈਂ ਤੇ ਸ਼ਕਲ ਦੇਖਣੀ ਸੀ ਉਹਨਾਂ ਦੀ ਆ ਸਰ ਇੱਕ ਪਰਸਨਲ ਹੈਗਾ ਇਸ ਲਈ ਅਸੀਂ ਸ਼ੋਅ ਨਹੀਂ ਕਰ ਰਹੇ ਦੈਟਸ ਓਕੇ ਵੀ ਆਰ ਸੌਰੀ ਫॉर दैट ਸਰ ਨੋ ਯੋਰ ਵੌਇਸ ਇਜ਼ ਓਕੇ ਤੁਹਾਨੂੰ ਦੋਨਾਂ ਨੂੰ ਮੈਂ ਵਧਾਈ ਦੇਣਾ ਤੇ ਕੈਨ ਐਕਸਪ੍ਰੈਸ ਮਾਈ ਇੰਪ੍ਰੈਸ਼ਨਸ ਯੂ ਕੈਨ ਨਾਟ ਐਕਸਪ੍ਰੈਸ ਯੋਰ ਇੰਪ੍ਰੈਸ਼ਨਸ ਅੱਛਾ ਯਾ ਯੂ ਕੈਨ you can feel my happiness. That's right. I can feel it. I just wanted to see in your eyes. I just wanted to see your expression. That's my reward. And ohi main dekhna si. But that's okay. Chalo kismat karke apan nahi dekh sakde. That's okay. Tadi awaaz hi kahi kahi kahani hai. Emotion das rahi hai. Baki dunna nu main badhaiyan dena te. Thank you so much. Jaan to pehla actually main ek cheez main tade naal zarur share karanga ke. ਸੁਖਮਨਜੀਤ ਵਰਗਾ ਜਿਹੜਾ ਕਲਾਇੰਟ ਹੈ ਉਹ ਹਰੇਕ ਦੇ ਕਿਸਮਤ 'ਚ ਨਹੀਂ ਮਿਲਦਾ ਹਰੇਕ ਇਮੀਗ੍ਰੇਸ਼ਨ ਲਾਇਰ ਕੰਸਲਟੈਂਟ ਦੇ ਹਿੱਸੇ ਨਹੀਂ ਆਉਂਦਾ ਸੋ ਸੋ ਇਸ ਕਰਕੇ ਇਹ ਤੁਹਾਡੇ ਵਰਗਾ ਜਿਹੜਾ ਏਜੰਟ ਆ ਉਹ ਵੀ ਕਿਸੇ ਦੇ ਹਿੱਸੇ 'ਚ ਨਹੀਂ ਆਉਂਦਾ ਬਹੁਤ ਕਿਸਮਤ ਵਾਲਿਆਂ ਦੇ ਹਿੱਸੇ 'ਚ ਆਉਂਦਾ ਹੈ ਮਸਟ ਸੇ ਯੂ ਵੈਰੀ ਹੈਲਪਫੁਲ ਤੁਹਾਨੂੰ ਇਮੋਸ਼ਨਲ ਹੋ ਜਾਣਾ ਸਰ ਵੀ ਐਪਰੀਸ਼ੀਏਟ ਯਰਸ ਐਵਰੀਥਿੰਗ ਯੂ ਹੈਵ ਡਨ ਟੂ ਅਸ ਮੇਰੀ ਇੱਕ ਫਰੈਂਡ ਆ ਉੱਥੇ ਵੈਨਕੂਵਰ ਵਿੱਚ ਮੇਰੀ ਕਾਲਜ ਫਰੈਂਡ ਆ ਸ਼ੀ ਵਾਜ ਆਲਸੋ ਫਾਈਲ ਹਰ ਹਸਬੈਂਡ ਫਾਈਲ ਇਨ ਫਰੋਮ ਵੈਨਕੂਵਰ ਏਜੰਟ ਸ਼ੀ ਕਾਲ ਹਿਮ ਫੋਰ ਇਨ ਅ ਡੇ 10 ਟਾਈਮਸ ਇਨ ਅ ਡੇ But he never replied his call. So, ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਵਧੀਆ ਕਿਉਂਕਿ ਮੈਨੂੰ ਲੱਗਦਾ ਕਿ ਬਾਕੀ ਸਾਰੇ ਹਾਂਜੀ ਸਰ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਸ ਵਕਤ ਇਮੀਗ੍ਰੇਸ਼ਨ ਲਾਇਰਸ ਤੇ ICCRC ਕੰਸਲਟੈਂਟ ਜਿਹੜੇ ਕੰਮ ਕਰ ਰਹੇ ਆ ਫੁੱਲ ਟਾਈਮ ਐਟਲੀਸਟ 5,000 ਤੋਂ ਜ਼ਿਆਦਾ ਤੇ ICCRC ਕੰਸਲਟੈਂਟ ਨੇ ਲਾਇਸੈਂਸਡ ਇਨ ਕੈਨੇਡਾ ਤੇ ਇਮੀਗ੍ਰੇਸ਼ਨ ਲਾਇਰ ਦਾ ਤੁਸੀਂ ਐਟਲੀਸਟ ਕਰੀਬ ਕਰੀਬ ਫੋਕਸ ਕਰਕੇ ਮੇਰੇ ਖਿਆਲ ਹੈ ਕਿ ਸਾਰੇ ਕਰਦੇ ਹਾਂ ਲੇਕਿਨ ਕੁਛ ਸਪੈਸ਼ਲਾਈਜ਼ ਕਰਦੇ ਆ 1,000 ਮੰਨ ਕੇ ਚਲੋ 6,000 ਤੋਂ ਜ਼ਿਆਦਾ ਪ੍ਰੈਕਟੀਸ਼ਨਰ ਜਿਹੜੇ ਕੰਮ ਕਰਦੇ ਆ ਆਈ ਨੋ ਦੇ ਸਾਈਕੋਲੋਜੀ ਉਹਨਾਂ ਦੀ ਫਿਤਰਤ ਇਸ ਤਰ੍ਹਾਂ ਹੈ ਕਿ ਬਹੁਤ ਹੀ ਘੱਟ ਲੋਕ ਇਸ ਤਰ੍ਹਾਂ ਹੈ ਜਿਹੜੇ ਇਸ ਚੀਜ਼ ਨੂੰ ਪੈਸੇ ਬਣਾਉਣ ਦੇ ਇਲਾਵਾ ਇੱਕ ਪੈਸ਼ਨ ਨੂੰ ਦੇਖਦੇ ਹੈ ਜਿਸ ਤਰ੍ਹਾਂ ਸੁਖਮਨ ਦਾ ਇੱਕ ਇੱਕ ਇੰਟਰਸਟ ਹੈ ਕਿ ਪੈਸਟੀਸਾਈਡ ਫਰੀ ਫਾਰਮਿੰਗ ਔਰਗੈਨਿਕ ਫਾਰਮਿੰਗ ਇਹ ਆਪਣਾ ਇੱਕ ਅੰਦਰੋਂ ਇੱਕ ਇੰਟਰਸਟ ਹੁੰਦਾ ਹੈ ਇੱਕ ਚੀਜ਼ ਦਾ ਇੱਕ ਪ੍ਰੋਫੈਸ਼ਨ ਦੁਕਾਨ ਵਿੱਚ ਸਮਾਨ ਵੇਚਣਾ ਕੁਛ ਹੋਰ ਹੈ ਉਸ ਚੀਜ਼ ਨੂੰ ਦਿਲੋਂ ਪਿਆਰ ਕਰਨਾ ਕੁਛ ਚੀਜ਼ ਹੋਰ ਹੈ ਸੋ ਇਮੀਗ੍ਰੇਸ਼ਨ ਦਾ ਜਿਹੜਾ ਬਿਜ਼ਨਸ ਹੈ ਜਿਹੜਾ ਸਰਵਿਸ ਹੈ ਆਫਕੋਰਸ ਰੋਜ਼ੀ ਰੋਟੀ ਵੀ ਚੱਲਦੀ ਹੈ ਸਾਡੀ ਕੈਨੇਡਾ ਦਾ ਮੋਰਗੇਜ ਮਕਾਨ ਦਾ ਕਿਰਾਇਆ ਗਰੋਸਰੀ ਵਗੈਰਾ ਤੁਹਾਨੂੰ ਪਤਾ ਹੀ ਹੈ ਕੈਨੇਡਾ ਖਰਚੇ ਕਿਸ ਤਰ੍ਹਾਂ ਹੁੰਦੇ ਆ ਸੋ ਉਹ ਤੇ ਚਲੋ ਦੇ ਹੀ ਰਹੇ ਹਾਂ ਲੇਕਿਨ ਇਸ ਚੀਜ਼ ਨੂੰ ਮੈਂ ਦਿਲੋਂ ਅੰਦਰ ਪਿਆਰ ਕਰਦਾ ਮੈਂ ਐਕਚੁਲੀ ਕਿਉਂਕਿ ਮੈਨੂੰ ਲੱਗਦਾ ਕਿ ਇਹਦੇ ਬਾਰੇ ਮੈਂ ਇੱਕ ਵਾਰ ਵੀਡੀਓ ਵੀ ਬਣਾਈ ਸੀ ਕਿ ਵੀ ਸਪਾਊਸ ਵੀਜ਼ਾ ਤਾਂ ਮੇਰਾ ਕਿਉਂ ਇੰਨਾ ਜ਼ਿਆਦਾ ਰੁਝਾਨ ਜ਼ਿਆਦਾ ਹੈ ਕਿਉਂਕਿ ਸਪਾਊਸ ਵੀਜ਼ਾ ਨਾਲ ਦੋ ਜਿਹੜੇ ਪ੍ਰਾਣੀਆਂ ਦੀ ਇੱਕ ਜ਼ਿੰਦਗੀ ਤਬਦੀਲ ਹੁੰਦੀ ਹੈ ਹਸਬੈਂਡ ਵਾਈਫ ਦੀ ਇੱਕ ਜ਼ਿੰਦਗੀ ਸ਼ੁਰੂ ਹੋ ਰਹੀ ਹੈ ਤੇ ਉਹ ਸਾਰੀ ਉਮਰ ਲਈ ਇੱਕ ਬਹੁਤ ਵੱਡਾ ਇੱਕ ਡਾਇਰੈਕਸ਼ਨ ਹੈ ਇੱਕ ਤਬਦੀਲੀ ਹੈ ਜਿਹੜੀ ਬਾਕੀ ਵੀਜ਼ਾ 'ਚ ਪੋਸੀਬਲ ਨਹੀਂ ਹੈ ਬਾਕੀ ਮੈਂ ਸਿਰਫ ਇਹ ਨੀ ਕਿ ਮੈਂ ਅੱਜ ਜੇ ਮੇਰਾ ਵੀਜ਼ਾ ਰਿਫਿਊਜ਼ ਵੀ ਹੁੰਦਾ ਤੇ ਮੈਂ ਤਾਂ ਵੀ ਤੁਹਾਡੀ ਤਾਰੀਫ ਕਰਨੀ ਸੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਮਿਲ ਕੇ ਕੰਮ ਕੀਤਾ ਤੁਸੀਂ ਮੈਨੂੰ ਗਾਈਡ ਕੀਤਾ ਸਾਰਾ ਕੁਛ ਕੀਤਾ ਮੈਂ ਆਪਣੀ ਨਾ ਵਟਸਐਪ ਚੈਟ ਪ੍ਰਿੰਟ ਕਢਵਾ ਰਿਹਾ ਸੀ ਕੈਫੇ ਤੋਂ
ਉੱਥੇ ਇੱਕ ਲੜਕਾ ਆਇਆ ਇੱਕ ਹੋਰ, ਉਹ ਕਹਿੰਦਾ ਉਹ ਮੈਨੂੰ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ। ਮੈਂ ਉਹਨਾਂ ਨੂੰ ਦੱਸਿਆ, ਕਹਿੰਦਾ ਯਾਰ ਮੈਂ ਵੀ ਫਾਈਲ ਬਾਰੇ ਮੈਨੂੰ ਤੇ ਇਸ ਤਰ੍ਹਾਂ ਦਾ ਕੁਛ ਨਹੀਂ ਦੱਸਿਆ ਗਿਆ। ਤੇ ਮੈਂ ਕਿਹਾ ਕਿ ਫਿਰ ਤੁਸੀਂ ਐਂ ਕਰੋ, ਤੁਸੀਂ ਕਿਸੇ ਐਕਸਪੀਰੀਅੰਸ ਕੰਸਲਟੈਂਟ ਕੋਲ ਜਾਓ ਜਾਂ ਕੋਈ RCC ਆ ICC ਆ। ਉਹਨੇ ਮੈਨੂੰ ਬੜਾ ਨਾ ਮਤਲਬ ਜਿਸ ਤਰ੍ਹਾਂ ਕਹਿੰਦਾ ਪੰਜਾਬੀ ਤਿੜਕੇ ਜਿਹੇ ਦੱਸਿਆ ਕਿ ਮੈਂ ਤੇ ICC RC ਮੈਂਬਰ ਕੋਲ ਫਾਈਲ ਲਵਾਈ ਹੈ, ਤੇ ਮੈਂ ਕਿਹਾ ਮੈਂ ਵੀ ICC RC ਮੈਂਬਰ ਕੋਲ ਫਾਈਲ ਲਵਾਈ ਹੈ। ਤੇ ਕਹਿੰਦਾ ਉਹਨੇ ਮੈਨੂੰ ਕੁਛ ਨਹੀਂ ਦੱਸਿਆ, ਉਹਨੂੰ ਮੈਂ ਇੰਨੀਆਂ ਚੀਜ਼ਾਂ ਗਿਣਾਤੀਆਂ ਨਾ, ਉਹਦੇ ਰੰਗ ਉੱਡ ਗਏ, ਉਹਦਾ ਹਾਵ ਭਾਵ ਸਾਰੇ ਬਦਲ ਗਏ ਕਿ ਮੈਂ ਕੋਈ ਤਿਆਰੀ ਵੀ ਨਹੀਂ ਕੀਤੀ ਤੇ ਇਹ ਤੇ ਇੰਨੇ ਕੁਛ ਦੀ ਉੱਥੇ ਲੋੜ ਪੈ ਸਕਦੀ। ਫਿਰ ਉਹ ਕਹਿੰਦਾ ਕਿ ਤੁਹਾਡੇ ਕਿਹੜੇ ਆ ਕੰਸਲਟੈਂਟ ਲਾਇਰ। ਮੈਂ ਫਿਰ ਉਹਨਾਂ ਨੂੰ ਤੁਹਾਡਾ ਦਿੱਤਾ, ਤੁਹਾਡੀ ਮੈਂ ਵਟਸਐਪ ਉਹਦੀ ਯੂਟਿਊਬ ਦੀ ਚੈਨਲ ਦਾ ਮੈਂ ਤੁਹਾਨੂੰ ਦੱਸਿਆ। ਉਹਨੇ ਉਸੇ ਟਾਈਮ ਹੀ ਸਰਚ ਕੀਤਾ, ਕਹਿੰਦਾ ਹਾਂ ਇੱਥੇ ਕਾਫੀ ਐਕਸਪੀਰੀਅੰਸ ਲੱਗਦੇ ਆ, ਜਿਹੜਾ ਮੇਰਾ ਇਹ ਕੰਸਲਟੈਂਟ ਆ ਉਹ ਤੇ ਹਜੇ ਮੁੰਡਾ ਜਿਹਾ ਹੀ ਆ। ਤੇ ਮੈਂ ਕਿਹਾ ਫਿਰ ਉਹਦੇ ਕੋਲ ਐਕਸਪੀਰੀਅੰਸ ਵੀ ਤੇ ਓਨਾ ਹੀ ਹੋਣਾ ਹੈ ਨਾ। ਤੇ ਫਿਰ ਉਹਨੇ ਫਿਰ ਕਹਿੰਦਾ ਕਿ ਮੈਂ ਕਹਿੰਦਾ ਹੁਣ ਇੱਥੇ ਮੈਨੂੰ ਕੀ ਇਨਫੋਰਮ। ਮੈਂ ਕਿਹਾ ਕਿ ਤੂੰ ਇਹਨਾਂ ਦੀਆਂ ਵੀਡੀਓ ਵੇਖ, ਤੂੰ ਆਪ ਹੀ ਕੰਸਲਟੈਂਟ ਬਣ ਜਾਣਾ ਤੇ ਸ਼ਾਇਦ ਉਹ ਤੁਹਾਨੂੰ ਕਾਲ ਕਰੇ। ਤੁਸੀਂ ਸੋਚੋ ਕਿ ਉਹਦੇ ਪੈਸੇ, ਹਾਂ ਉਹਦੇ ਪੈਸੇ ਫੀਸ ਘੱਟ, ਫੀਸ ਕੋਈ ਜ਼ਿਆਦਾ ਵੀ ਘੱਟ ਨਹੀਂ ਸੀ, 25 ਕਹਿੰਦਾ ਮੈਂ $2500। ਤੇ ਮੈਂ ਕਿਹਾ ਕਿ ਫਿਰ ਜੇ $2500 ਦੇ ਰਿਹਾ ਤੇ ਫਰਕ ਤੇ ਕੁਛ ਨਹੀਂ ਰਹਿ ਗਿਆ, ਤੇ ਤੂੰ ਤੁਸੀਂ ਜਿਹੜੀ ਫਾਈਲ ਮੈਂ ਕਿਹਾ ਰੈਡੀ ਕੀਤੀ ਆ ਉਹ ਤੇ ਤੁਹਾਡੀ ਇਨਕੰਪਲੀਟ ਆ। ਕੋਈ ਮੰਨ ਲਓ ਕਿ ਉਹ, ਮੈਂ ਕਿਹਾ ਮੇਰੀ ਕਿਸਮਤ ਹੈ ਕਿ ਮੇਰੀ ਇੰਟਰਵਿਊ ਆਈ ਆ, ਹੋ ਸਕਦਾ ਤੁਹਾਡੀ ਸਿੱਧੀ ਰਿਫਿਊਜ਼ ਕਰ ਦੇਣ ਕਿ ਤੁਹਾਡੇ ਡਾਕੂਮੈਂਟ ਨਹੀਂ ਕੰਪਲੀਟ। ਫਿਰ ਕਹਿੰਦਾ ਹੁਣ ਮੈਂ ਕਿਹਾ ਤੁਸੀਂ ਚੈਟ ਕਰਦੇ ਜੇ, ਕਹਿੰਦਾ ਅਸੀਂ ਚੈਟ ਬੜੀ ਘੱਟ ਕਰਦੇ ਹਾਂ ਕਿਉਂਕਿ ਇੱਧਰ ਦਿਨ ਹੁੰਦਾ ਤੇ ਉੱਧਰ ਰਾਤ ਹੁੰਦਾ। ਮੈਂ ਕਿਹਾ ਮੈਂ ਵੀ ਤੇ ਚੈਟ ਕਰਦਾ, ਮੈਂ ਕਿਹਾ ਮੇਰੇ ਕੋਲ 500-60 ਪੇਜ ਆ ਚੈਟ ਦੇ 4 ਮਹੀਨੇ। ਤੇ ਕਹਿੰਦਾ ਕਿ ਹੁਣ ਫਿਰ ਮੈਂ ਕਿਹਾ ਤੁਸੀਂ ਜਿਹੜੀ ਫੋਨ ਤੇ ਗੱਲ ਕਰਦੇ ਜੀ ਉਹ ਚੈਟ ਤੇ ਕਰ ਲਿਆ ਕਰੋ। ਤੇ ਫਿਰ ਉਹਨੇ ਫਿਰ ਉਹ ਮਤਲਬ ਉਹ ਚਲਾ ਗਿਆ ਉੱਥੋਂ, ਉਹਨੇ ਕੋਈ ਅੱਗੇ ਜਿਹੜੇ ਕੰਮ ਆਇਆ ਸੀ ਉਹ ਵੀ ਨੀ ਕੀਤਾ। ਉਹ ਸਿੱਧਾ ਉਹਦੇ ਪਤਾ ਨੀ ਕੀ ਹੋਇਆ, ਉਹਨੂੰ ਲੱਗਾ ਕਿ ਮੈਂ ਗਲਤ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ, ਫਿਰ ਉਹ ਵਾਪਸ ਚਲਾ ਗਿਆ। ਕੀ ਵੀ ਕਾਲ ਯੂ ਸ਼ੋਰ ਸਰ। ਬਾਕੀ ਇੱਥੇ ਉਹ ਕੰਮ ਅਜੇ ਵੀ ਚੱਲ ਰਿਹਾ ਹੈ ਕਿ ਜਿਹੜੇ ਕੰਸਲਟੈਂਟ ਆ ਉਹ ਐਡਵਾਈਸ ਕਰ ਰਹੇ ਆ ਆਪਣੇ ਕਲਾਇੰਟ ਨੂੰ ਕਿ ਤੁਸੀਂ ਪਹਿਲਾਂ ਵੀਜ਼ਾ ਲਵਾ ਲਓ ਤੇ ਫਿਰ ਮੈਰਿਜ ਕਰਾਇਓ। ਤੇ ਉੱਥੇ ਜਿਹੜੇ ਜਿਹਦਾ ਜਿਸ ਲੜਕੇ ਦਾ ਵੀਜ਼ਾ ਰਿਫਿਊਜ਼ ਹੋਇਆ ਸੀ ਉਸਨੇ ਇਸ ਤਰ੍ਹਾਂ ਹੀ ਕੀਤਾ ਸੀ, ਪਹਿਲਾਂ ਵੀਜ਼ਾ ਲਵਾ ਲਿਆ ਸੀ ਫਿਰ ਮੈਰਿਜ ਕਰਵਾਈ। ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਅੰਬੈਸੀ ਬੜਾ ਸਟ੍ਰਿਕਟਲੀ ਲੈ ਰਹੀ ਹੈ ਕਿ ਪਹਿਲਾਂ ਭੇਜ ਦਿੰਦੀ ਹੈ ਫਿਰ ਮੈਰਿਜ ਕਰਵਾਉਂਦੇ। ਹਾਂ ਮੈਂ ਮਤਲਬ ਇਸ ਤਰ੍ਹਾਂ ਦੇ ਡਾਕੂਮੈਂਟ ਵੀ ਮੈਂ ਦੱਸਿਆ ਸੀ ਕਿ ਮੇਰਾ ਮੈਰਿਜ ਤੋਂ 7-8 ਮਹੀਨੇ ਬਾਅਦ ਤੱਕ ਕੋਈ ਪਲਾਨ ਨਹੀਂ ਸੀ ਬਾਹਰ ਜਾਣ ਦਾ। ਤੇ ਉਹ ਚੀਜ਼ ਲਈ ਜਿਹੜੇ ਚੀਜ਼ਾਂ ਜਿਹੜੇ ਮੇਰੇ ਡਾਕੂਮੈਂਟ ਪ੍ਰੂਵ ਕਰਦੇ ਸੀ, ਜਿਵੇਂ ਮੈਂ ਆਪਣੀ ਮੈਰਿਜ ਜਿਹੜੀ ਆ ਉਹ ਮੈਰਿਜ ਤੋਂ 8 ਮਹੀਨੇ ਬਾਅਦ ਰਜਿਸਟਰਡ ਕਰਵਾਈ, ਜੇ ਮੈਂ ਮੇਰੀ ਵਾਈਫ ਜੋਬ ਕਰ ਰਹੀ, ਜਿਸ ਤਰ੍ਹਾਂ ਸੀ ਮੈਂ ਸਾਰਾ ਕੁਛ ਲੈ ਕੇ ਗਿਆ ਸੀ ਕਿ ਜੇ ਉਹਨਾਂ ਨੇ ਮੇਰੇ ਤੇ ਡਾਊਟ ਕੀਤਾ ਕਿ ਤੇਰੀ ਜਿਹੜੀ ਮੈਰਿਜ ਆ ਉਹ ਸਿਰਫ ਬਾਹਰ ਜਾਣ ਦੀ ਹੋਈ ਤੇ ਮੈਂ ਉਹਨੂੰ ਪ੍ਰੂਵ ਕਰ ਸਕਾਂ ਕਿ ਮੇਰਾ ਰਿਲੇਸ਼ਨ ਅੱਜ ਤੋਂ 5 ਸਾਲ ਪੁਰਾਣਾ ਆ, ਤੇ ਮੈਰਿਜ ਤੋਂ ਬਾਅਦ 'ਚ ਵੀ ਜਿਹੜਾ ਵਾ ਅਸੀਂ ਸੋਚਿਆ ਨਹੀਂ ਸੀ ਕਿ ਅਸੀਂ ਜਾਣਾ ਵਾ, ਚਲੋ ਕੁਛ ਇਸ ਤਰ੍ਹਾਂ ਦਾ ਹੋਇਆ ਕਿ ਅਸੀਂ ਸੋਚਿਆ ਕਿ ਅਸੀਂ ਬਾਹਰ ਜਾਣਾ। ਤੁਹਾਨੂੰ ਪੂਰੀ ਤੁਹਾਨੂੰ ਉੱਥੇ ਦਲੀਲ, ਮੈਂ ਤੁਹਾਨੂੰ ਇਹ ਕਹਿਣ ਦਾ ਮੈਂ ਕਹਿਣਾ ਚਾਹੁੰਦਾ ਕਿ ਮਤਲਬ ਉੱਥੇ ਤੁਹਾਨੂੰ ਤੁਸੀਂ ਦਲੀਲ ਦੇ ਸਕਦੇ ਜੇ, ਤੁਸੀਂ ਅਗਲੇ ਨੂੰ ਕਹਿ ਸਕਦੇ ਜੇ ਕਿ ਨਹੀਂ ਇਸ ਤਰ੍ਹਾਂ ਹੋਇਆ ਮੇਰੇ ਕੋਲ ਆਹ ਡਾਕੂਮੈਂਟ ਆ, ਚੈੱਕ ਕਰੋ। ਬਾਕੀ ਹਾਂ ਗੱਲਾਂ ਦੇ ਨਾਲ ਹੀ ਉਹਨਾਂ ਨੇ ਤੁਹਾਡੇ ਕੋਲ ਫਿਰ ਕਹਿਣਾ ਕਿ ਤੁਸੀਂ ਇਹਨੂੰ ਪ੍ਰੂਵ ਕਰਨ ਲਈ ਕੋਈ ਡਾਕੂਮੈਂਟ ਦਿਓ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਚਲੋ ਚਲੋ ਦੈਟਸ ਓਕੇ, ਇਟਸ ਅ ਵੰਡਰਫੁਲ ਐਕਸਪੀਰੀਅੰਸ। ਬਾਕੀ ਮੇਰੇ ਖਿਆਲ ਹੈ ਗੁਰਪ੍ਰੀਤ ਦੀ ਫਾਈਲ, ਮੇਰੇ ਖਿਆਲ ਅੱਜ ਹੈ 24 ਤਰੀਕ ਹੈ ਨਾ, ਉਹਦੇ ਮੇਰੇ ਖਿਆਲ ਅਗਲੇ ਹਫਤੇ ਜਾਣਾ ਹੈ ਵਾਪਸ। ਸਰ ਮੈਂ ਮੰਡੇ ਨੂੰ ਜਾ ਰਹੀ ਹਾਂ ਵਾਪਸ। ਅੱਛਾ ਮੰਡੇ ਨੂੰ ਜਾ ਰਹੇ, ਕਿਉਂਕਿ ਕੱਲ ਤੁਸੀਂ, ਕੱਲ ਸ਼ਨੀਵਾਰ ਹੈ, ਕੱਲ ਮੇਰੇ ਖਿਆਲ ਪਤਾ ਨਹੀਂ VFS ਖੁੱਲਾ ਹੈ ਨਹੀਂ ਖੁੱਲਾ, ਆਈ ਡੂ ਨਾਟ ਨੋ। VFS ਬੰਦ ਹੋਣਾ। ਅੱਛਾ ਅੱਛਾ, ਮੈਂ ਮੇਰੇ ਮਨ ਚ ਸੀ ਕਿ ਵੀ ਅਗਰ ਜੇ ਤੁਸੀਂ ਡਾਇਰੈਕਟਲੀ ਇਹਨੂੰ ਐਮਬੈਸੀ ਲੈ ਜਾਂਦੇ ਤੇ ਐਮਬੈਸੀ ਵਾਲੇ ਇੱਥੋਂ, ਤੁਸੀਂ ਭਾਵੇਂ ਉੱਧਰ ਲੈ ਜਾਓ ਚੰਡੀਗੜ੍ਹ ਕੌਂਸਲੇਟ ਲੈ ਜਾਓ ਡਾਇਰੈਕਟਲੀ, ਤੁਹਾਨੂੰ ਸ਼ਾਇਦ ਵਿਦਇਨ, ਹੋਪਫੁਲੀ ਵਿਦਇਨ 1 or 2 days ਤੁਹਾਨੂੰ ਵੀਜ਼ਾ ਸਟੈਂਪ ਕਰਕੇ ਦੇ ਸਕਦੇ, ਤੁਸੀਂ ਨਾਲ ਹੀ ਇਕੱਠੇ ਚਲੇ ਜਾਂਦੇ। ਇਹਦੇ ਮੇਰੇ ਮਨ 'ਚ ਸੀ ਦੈਟਸ ਓਕੇ, ਬਟ ਯੂ ਕੈਨ ਪਲਾਨ ਅਹੈਡ। ਸਰ ਇੱਥੇ ਮੈਨੂੰ ਥੋੜੇ ਕੰਮ ਸੀ, ਮੈਂ ਵੈਸੇ ਵੀ ਜੇ ਮੇਰਾ ਮੈਨੂੰ ਤੇ ਵੀਜ਼ਾ ਦੇ ਵੀ ਦਿੰਦੇ ਉੱਚ ਆਨ ਦੀ ਸਪੋਰਟ ਤੇ ਮੈਂ ਥੋੜਾ ਲੇਟ ਹੀ ਜਾਣਾ। ਅੱਛਾ ਅੱਛਾ ਅੱਛਾ, ਚਲੋ ਚਲੋ ਠੀਕ ਹੈ। ਜਿਸ ਕੰਮ ਲਈ ਗੁਰਪ੍ਰੀਤ ਆਈ ਹੈ, ਖਰਚਾ ਕਰਕੇ ਇੰਨੀ ਦੂਰ ਆਈ ਹੈ, ਬ੍ਰੇਕ ਲੈ ਕੇ ਜਾ ਰਹੀ ਹੈ, ਐਟਲੀਸਟ ਉਹ ਵੀ ਇੱਕ ਸਿਰੇ ਚੜ ਗਿਆ ਕੰਮ, ਯੂ ਨੋ ਐਵਰੀਥਿੰਗ ਇਜ਼ ਗੋਇੰਗ ਆਊਟ। ਆਈ ਐਮ ਸ਼ੋਰ ਸ਼ੀ ਵਿਲ ਗੋ ਵੈਰੀ ਗਲੈਡ ਐਂਡ ਹੈਪੀ ਇਨ ਵੈਨਕੂਵਰ। ਜਾਂਦੇ ਸਾਲ ਤੁਸੀਂ ਆਪਣਾ ਕੋਈ ਅਪਾਰਟਮੈਂਟ ਵਾਲਾ ਦੇਖੋ, ਉਹਨਾਂ ਦੇ ਖਰਚੇ ਵੀ ਤਿਆਰ ਹੋ ਗਏ, ਉਹਨਾਂ ਦੇ ਜਾ ਕੇ ਜ਼ਰਾ ਆਪਣੀ ਗ੍ਰਸਤੀ ਲਾਈਫ ਸ਼ੁਰੂ ਕਰਨੀ ਹੈ, ਰੀਅਲ ਗ੍ਰਸਤੀ, ਆਟਾ ਦਾਲ ਸਾਰਾ ਲੈਣਾ ਹੈ, ਜਾ ਕੇ ਭਾਂਡੇ, ਤੀਨ ਟੱਪਰ ਭਾਂਡੇ ਵਾਲਾ, ਸਾਰੇ ਹਲਦੀ ਮਿਰਚ ਮਸਾਲੇ ਇੱਥੋਂ ਲੈ ਕੇ ਜਾਓ।
ਸੋ ਬਾਕੀ ਆਈ ਆਈ ਵਿਸ਼ ਯੂ ਵੈਲ ਐਂਡ ਐਜ਼ ਆਲਵੇਜ਼ ਜਿਹੜਾ ਤੁਸੀਂ ਮੇਰੇ ਖਿਆਲ ਸਵਾਲ ਹੈ ਅੱਜ ਤੋਂ ਸ਼ਾਇਦ 3-4 ਦਿਨ ਪਹਿਲਾਂ ਜਾਂ ਹਫ਼ਤੇ ਪਹਿਲਾਂ ਪੁੱਛ ਰਹੇ ਸੀ ਕਿ ਬਈ ਕੈਨੇਡਾ ਕੈਨੇਡਾ ਦਾ ਇੱਕ ਜਿਹੜਾ ਇੱਕ ਸਿਸਟਮ ਹੈ ਉਹਦੇ ਵਿੱਚ ਤੁਹਾਡੀ ਜਿਹੜੀ ਇੱਕ ਬੈਕਗਰਾਊਂਡ ਹੈ ਔਰਗੈਨਿਕ ਫਾਰਮਿੰਗ ਦੀ ਉਹ ਕਿੱਥੇ ਤੱਕ ਕਾਮਯਾਬ ਰਹੇਗੀ ਜਾਂ ਕੀ ਹੋਏਗਾ? ਨਾਓ ਆਈ ਕੈਨ ਟੈਲ ਯੂ ਦ ਰੀਅਲ ਆਂਸਰ, ਉਸ ਟਾਈਮ ਸ਼ਾਇਦ ਮੈਂ ਤੁਹਾਨੂੰ ਆਂਸਰ ਨਹੀਂ ਦਿੱਤਾ ਸੀ. I think you have a great future in Canada, especially organic farming, BC area, kyunki agricultural area zyada hai, te tuhanu jande hi sar vadhiya tuhanu apne mutabik job bhi milegi. Tuhanu sirf main eh kehna hai ki ja ke koi hor koi manual labor kam na karna jehde normally log karde hain, initial job jehde karde hain, koi truck chala reha, koi, I'm not saying that it's not a skill job, koi hor koi dihadiyan ch koi taxi tuxi chala rahe hain, is tarah da kam ਨੂੰ ਤੁਸੀਂ ਪਾਸੇ ਕਰਕੇ ਆਪਣਾ ਔਰਗੈਨਿਕ ਫਾਰਮਿੰਗ ਦਾ ਹੀ ਆਪਣੀ ਨੌਕਰੀ, ਉੱਥੇ ਕਾਫੀ ਐਗਰੀਕਲਚਰਲ ਇਸ ਤਰ੍ਹਾਂ ਦੇ ਬਿਜ਼ਨਸ ਹੈ ਜਿੱਥੇ ਤੁਹਾਨੂੰ ਉਹਨਾਂ ਨੇ ਹੱਥੋਂ ਹੱਥ ਲੈ ਲੈਣਾ. ਆਈ ਐਮ ਸ਼ੋਰ ਦੇ ਵਿਲ ਗਿਵ ਯੂ ਗੁੱਡ ਸੈਲਰੀ ਤੇ ਕਾਮਯਾਬੀ ਤੁਹਾਡੇ ਲਈ ਵੇਟ ਕਰ ਰਹੀ ਹੈ. ਥੈਂਕ ਯੂ ਸੋ ਮਚ ਚਲੋ ਚਲੋ ਇਟਸ ਓਕੇ ਸੋ ਵੀ ਵਿਲ ਟਾਕ ਅਸੀਂ ਹਮੇਸ਼ਾ ਹੀ ਗੱਲ ਕਰਦੇ ਰਹਾਂਗੇ. ਆਈ ਹੋਪ ਤੁਸੀਂ ਸਾਡੇ ਨਾਲ ਗੱਲ ਕਰਦੇ ਰਹੋਗੇ. ਯੂ ਆਰ ਦ ਪਾਰਟ ਆਫ ਆਰ ਲਾਈਫ. ਚਲੋ ਠੀਕ ਹੈ, ਕਦੇ I will be in, I'm in Edmonton actually. I'm not very far from Vancouver, but agar yeah. Vancouver mera aana hoga to definitely will drop by. Sure, definitely. We'll get to meet. Theek hai, thank you very much. Tusi un karo aaram te mere te hor koi sawal te nahi, baki tade kol jehda letter aa gaya passport request, as soon as possible tusi nu print karke kal you know maybe Monday eh ja ke apna passport jama karke aao ਅਤੇ ਕੁਛ ਦਿਨਾਂ ਦੇ ਅੰਦਰ, ਮੇਰੇ ਕੋਲ 4-5 ਦਿਨ ਦੇ ਅੰਦਰ ਤੁਹਾਡੇ ਕੋਲ ਵੀਜ਼ਾ ਆ ਜਾਏਗਾ. ਅਤੇ ਇਹਦੇ ਨਾਲ ਤੁਹਾਨੂੰ ਇੱਕ ਲੈਟਰ ਹੋਰ ਇਸ਼ੂ ਹੋਏਗਾ, ਵਿੱਚ ਦੇ ਵਿਲ ਸੈਂਡ ਇਟ ਟੂ ਮੀ ਮੇ ਬੀ ਇਨ ਫਿਊ ਡੇਜ਼. ਉਹ ਇੱਕ ਲੈਟਰ ਨਾਲ ਇੱਕ ਕਰਸਪੋਂਡੈਂਸ ਲੈਟਰ ਹੁੰਦਾ, ਉਹ ਅਟੈਚ ਕਰਕੇ ਤੁਹਾਨੂੰ ਲਿਜਾਣਾ ਹੁੰਦਾ. ਉੱਥੇ ਜਾ ਕੇ ਵੈਨਕੂਵਰ ਏਅਰਪੋਰਟ ਦਾ ਉਤਰੋਗੇ ਅਤੇ ਉਹਨਾਂ ਨੇ ਪਾਸਪੋਰਟ ਦੇਖਣਾ ਅਤੇ ਉਹ ਲੈਟਰ ਦੋਨਾਂ ਨੂੰ ਮੈਚ ਕਰਦੇ ਆ, ਦੈਨ ਨਾਥਿੰਗ ਐਵਰੀਥਿੰਗ ਇਜ਼ ਫਾਈਨ. ਠੀਕ ਹੈ ਸਰ, ਠੀਕ ਹੈ ਸਰ. ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਤੇ ਗੁੱਡ ਲੱਕ ਫੋਰ ਯੋਰ ਫਿਊਚਰ ਕਰੀਅਰ. ਥੈਂਕ ਯੂ ਸੋ ਮੱਚ ਸਰ. ਥੈਂਕ ਯੂ ਸੋ ਮੱਚ. ਥੈਂਕ ਯੂ, ਬਾਏ ਬਾਏ.